ਸੋ ਗੈਵੀ ਭਾਈ, ਸਭ ਤੋਂ ਪਹਿਲਾਂ ਸਵਾਲ ਲੈਣਾ ਤੁਹਾਡੇ ਲਈ, ਤੁਹਾਡੀ ਲੁੱਕਸ ਬਹੁਤ ਜ਼ਬਰਦਸਤ ਲੱਗ ਰਹੀ ਹੈ। ਜਦ ਤੋਂ ਪੋਸਟਰ ਆਇਆ ਸਾਨੂੰ ਵੇਟ ਹੋ ਗਈ ਸੀ ਵੀ ਆਪਾਂ ਇਹਦਾ ਟ੍ਰੇਲਰ ਦੇਖ ਲਈਏ ਛੇਤੀ ਛੇਤੀ। ਤੁਸੀਂ ਇਸ ਪ੍ਰੋਜੈਕਟ ਨਾਲ ਕਿਵੇਂ ਜੁੜੇ ਤੇ ਕੀ ਸਾਰਾ ਕਹਾਣੀ ਰਹੀ ਇਸ ਸੈੱਟ ਦੀ? ਕਹਾਣੀਆਂ ਤਾਂ ਬਹੁਤ ਨੇ ਜੀ, ਪਰ ਸੰਗਰਾਂਦ ਮੈਂ ਸ਼ੁਰੂ ਕਰਦਾ ਜੀ। ਜਿਵੇਂ ਨਵਾਂ ਸਾਲ ਹੁੰਦਾ, ਆਪਾਂ ਨਵੇਂ ਸਾਲ ਨੂੰ ਮਨਾਉਂਦੇ ਹਾਂ, ਉੱਦਾਂ ਹੀ ਦੇਸੀ ਮਹੀਨਿਆਂ ਦੇ ਵਿੱਚ ਸਭ ਤੋਂ ਪਹਿਲਾ ਦਿਨ ਹੁੰਦਾ ਜੀ ਸੰਗਰਾਂਦ, ਵੀ ਸਾਡਾ ਮਹੀਨਾ ਵਧੀਆ ਨਿਕਲ। ਸੋ ਇਹ ਜ਼ਿੰਦਗੀ ਦੀ ਕਹਾਣੀ ਹੈ ਜੀ, ਉਤਾਰ ਚੜ੍ਹਾਅ ਆਉਂਦੇ ਰਹਿੰਦੇ ਨੇ, ਅਤੇ ਸੰਗਰਾਂਦ ਦੇ ਤਰੀਕੇ ਵੀ ਸਾਡੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋਵੇ। ਅਤੇ ਬਾਕੀ ਇਸ ਫਿਲਮ ਦੇ ਨਾਲ ਮੈਂ ਕਿਵੇਂ ਜੁੜਿਆ, ਜਦੋਂ ਇੰਦਰ ਬਾਈ ਜੀ ਨੇ ਮੈਨੂੰ ਸਕ੍ਰਿਪਟ ਸੁਣਾਈ ਸੀਗੀ, ਬਾ ਕਮਾਲ ਸੀਗੀ, ਕਿਉਂਕਿ ਜਿਸ ਬਰੀਕੀ ਦੇ ਨਾਲ ਉਹਨਾਂ ਨੇ ਇਸ ਕਹਾਣੀ ਨੂੰ ਬੁਣਿਆ, ਰੁੱਤਾਂ ਦੇ ਹਿਸਾਬ ਨਾਲ, ਮੌਸਮਾਂ ਦੇ ਹਿਸਾਬ ਨਾਲ ਕਿੱਦਾਂ ਰਿਸ਼ਤੇ ਬਦਲਦੇ ਨੇ, ਉਹ ਟੈਕਨੀਕਲ ਚੀਜ਼ਾਂ ਨੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਜੋੜਿਆ। ਜਦੋਂ ਮੈਨੂੰ ਸੁਣਿਆ ਇਹ ਸਬਜੈਕਟ, ਬਹੁਤ ਵਧੀਆ ਲੱਗਿਆ, ਤਾਂ ਅਸੀਂ ਨਾਲ ਦੀ ਨਾਲ ਹੀ ਸ਼ੁਰੂ ਕਰਤਾ। ਅਤੇ ਬੀਬੀ ਭਾਅ ਜੀ, ਚੀਮਾ ਭਾਅ ਜੀ, ਜਦੋਂ ਇਹਨਾਂ ਨਾਲ ਪ੍ਰੋਜੈਕਟ ਡਿਸਕਸ ਹੋਇਆ, ਇਹ ਵੀ ਬਹੁਤ ਐਕਸਾਈਟਡ ਸੀਗੇ। ਮੈਂ ਥੈਂਕਸ ਕਰਦਾ ਜੀ ਭਾਅ ਜੀ ਹੋਰਾਂ ਦਾ। ਵੈਸੇ ਕਹਿੰਦੇ ਨੇ ਵੀ ਪੰਜਾਬੀ ਖੁੱਲ੍ਹੇ ਦਿਲ ਵਾਲੇ ਹੁੰਦੇ ਨੇ, ਸਾਰਿਆਂ ਨੂੰ ਪਤਾ ਹੀ ਹੈ, ਪਰ ਸਾਡੇ ਪ੍ਰੋਡਿਊਸਰਸ ਬਹੁਤ ਖੁੱਲ੍ਹੇ ਦਿਲ ਵਾਲੇ ਨੇ। ਕਿਤੇ ਵੀ ਪ੍ਰੋਜੈਕਟ ਨੂੰ ਲੈ ਕੇ ਇਹਨਾਂ ਨੇ, ਤੁਸੀਂ ਟ੍ਰੇਲਰ ਦੇ ਵਿੱਚ ਦੇਖ ਹੀ ਲਿਆ ਹੋਣਾ ਜੀ, ਕਿਸੇ ਪੱਖੋਂ ਕੋਈ ਚੀਜ਼ ਦੀ ਕਮੀ ਨਹੀਂ ਛੱਡੀ। ਸੋ ਟੀਮ ਵਰਕ ਹੈ ਜੀ, ਕੋ ਐਕਟਰ ਸ਼ਰਨ, ਰਾਜ ਜੀ, ਕਮਲ, ਡੈਵੀ ਵੀਰਾ ਬੈਠਾ, ਅਮਨ ਸੀਗੇ ਇੱਥੇ, ਅਮਰਿੰਦਰ ਮੇਰੇ ਨਾਲ, ਮੇਰਾ ਕਨੈਕਸ਼ਨ ਜਿਹਾ ਟੁੱਟ ਗਿਆ। ਸੋ ਇੱਦਾਂ ਜੀ, ਸਾਰਿਆਂ ਦੀ ਮਿਹਨਤ ਦੇ ਨਾਲ ਵਧੀਆ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਟ੍ਰੇਲਰ ਤੁਸੀਂ ਦੇਖਿਆ ਅਤੇ ਉਮੀਦ ਹੈ ਜੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਣਾ। ਸੋ ਫਿਲਮ ਵੀ ਉਨੀ ਵਧੀਆ ਬਣੀ ਹੈ ਜੀ, ਜ਼ਰੂਰ ਜਾ ਕੇ ਦੇਖਿਆ। ਸੋ ਸ਼ਰਨ, ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੂੰਗਾ ਕਿ ਕਿਵੇਂ ਦਾ ਐਕਸਪੀਰੀਅੰਸ ਰਿਹਾ ਸੈੱਟ ਦਾ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਥੈਂਕ ਯੂ ਸੋ ਮਚ ਫੋਰ ਕਮਿੰਗ। ਅੱਜ ਵੈਸੇ ਵੀ ਬਹੁਤ ਸਪੈਸ਼ਲ ਦਿਨ ਆ, ਇੱਕ ਤਾਂ ਸਾਡੀ ਮੂਵੀ ਦਾ ਟ੍ਰੇਲਰ ਰਿਲੀਜ਼ ਹੋ ਰਿਹਾ ਸੰਗਰਾਂਦ, ਔਰ ਦੂਸਰਾ ਅੱਜ ਮਹਾਸ਼ਿਵਰਾਤਰੀ ਹੈ, ਐਂਡ ਤੀਸਰਾ ਅੱਜ ਵੁਮੈਨਸ ਡੇ ਹੈ। ਸੋ ਹੈਪੀ ਵੁਮੈਨਸ ਡੇ। ਔਰ ਮੇਰੇ ਲਈ ਆਈ ਥਿੰਕ ਮੈਨੂੰ ਕੋਈ ਡਾਊਟ ਹੀ ਨਹੀਂ ਸੀ ਇਸ ਮੂਵੀ ਲਈ ਕਰਨ ਲਈ, ਕਿਉਂਕਿ ਇਸ ਤੋਂ ਪਹਿਲਾਂ ਮੇਰੀ ਸ਼ਰੀਕ 2 ਦੇ ਲਈ ਮੈਨੂੰ ਮੇਰੀ ਆਡੀਅੰਸ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ, ਮੇਰੇ ਕੈਰੇਕਟਰ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੀਗਾ। ਸੋ ਜਦੋਂ ਮੈਨੂੰ ਇੰਦਰਪਾਲ ਜੀ ਦਾ ਫੋਨ ਆਇਆ ਕਿ ਸ਼ਰਨ ਇੱਦਾਂ ਅਸੀਂ ਮੂਵੀ ਕਰ ਰਹੇ ਹਾਂ, ਅਤੇ ਮੈਂ ਸਟਾਰਟਿੰਗ 'ਤੇ ਸੱਚੀ ਉਹਨਾਂ ਨੂੰ ਸਕ੍ਰਿਪਟ ਮੈਂ ਪੁੱਛੀ ਵੀ ਨਹੀਂ, ਕਿਉਂਕਿ ਮੈਨੂੰ ਪਤਾ ਉਹਨਾਂ ਨੇ ਸ਼ਰੀਕ 2 ਲਈ ਮੇਰੇ ਲਈ ਕੀ ਲਿਖਿਆ ਸੀ। ਸੋ ਮੈਂ ਉਸ ਬਾਰੇ ਤਾਂ ਮੈਂ ਬਿਲਕੁਲ ਡਾਊਟਫੁੱਲ ਸੀਗੀ ਨਹੀਂ ਕਿ ਉਹਨਾਂ ਨੇ ਮੇਰੇ ਕੈਰੇਕਟਰ ਜੋ ਲਿਖਿਆ ਹੋਏਗਾ ਬਹੁਤ ਹੀ ਬਾ ਕਮਾਲ ਲਿਖਿਆ ਹੋਊਗਾ, ਔਰ ਉੱਤੋਂ ਜਦੋਂ ਉਹ ਰਾਈਟਰ ਹੀ ਡਾਇਰੈਕਟ ਕਰ ਰਹੇ ਹੋਣ ਉਸ ਮੂਵੀ ਨੂੰ, ਤਾਂ ਆਈ ਥਿੰਕ ਮੇਰੇ ਲਈ ਤਾਂ ਆਈ ਐਮ ਫੀਲਿੰਗ ਬਲੈਸਡ ਕਿ ਮੈਂ ਇਸ ਮੂਵੀ ਦਾ ਹਿੱਸਾ ਹੈ। ਔਰ ਗੈਵੀ ਜੀ ਨੂੰ ਮੈਂ ਬਹੁਤ, ਉਹਨਾਂ ਦੇ ਮੈਂ ਬਹੁਤ ਜ਼ਿਆਦਾ ਗਾਣੇ ਸੁਣੇ ਸੀ, ਲੇਕਿਨ ਉਹਨਾਂ ਦੀ ਮੈਂ ਇੱਕ ਤਾਰੀਫ ਇਹ ਕਰੂੰਗੀ ਕਿ ਤਿੰਨ ਕਿਰਦਾਰ ਉਹਨਾਂ ਨੇ ਨਿਭਾਏ ਆ, ਔਰ ਤਿੰਨੇ ਕਿਰਦਾਰਾਂ ਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਉਸ ਕੈਰੈਕਟਰ ਨੂੰ ਫੜਿਆ, ਔਰ ਤਿੰਨਾਂ 'ਚ ਡਿਫਰੈਂਟ ਲੁੱਕ ਦਿਖੂਗੀ। ਇਹ ਨਹੀਂ ਲੱਗੂਗਾ ਕਿ ਜੇ ਉਹ ਪਹਿਲੀ ਲੁੱਕ ਸੀਗੀ ਤਾਂ ਉਹਦੇ 'ਚ ਫਿਜ਼ੀਕਲੀ ਜਾਂ ਮੈਂਟਲੀ ਜਾਂ ਲੁੱਕ ਵਾਈਜ਼ ਉਹ ਸੇਮ ਕਿਤੇ ਨਾ ਕਿਤੇ ਤੁਹਾਨੂੰ ਦੇਖਣ ਨੂੰ ਮਿਲੂਗਾ। ਬਟ ਸੱਚੀ ਹੈਡਸ ਆਫ ਗੈਵੀ ਜੀ, ਉਹਨਾਂ ਨੇ ਇੰਨੀ ਮਿਹਨਤ ਕੀਤੀ ਉਸ ਤਿੰਨਾਂ ਕੈਰੈਕਟਰਸ ਲਈ, ਐਂਡ ਥੈਂਕ ਯੂ ਸੋ ਮੱਚ ਵੀਪੀ ਜੀ, ਥੈਂਕ ਯੂ ਸੋ ਮੱਚ ਸਰ ਕਿ ਮੈਨੂੰ ਇਸ ਮੂਵੀ ਦਾ ਹਿੱਸਾ ਬਣਾਇਆ। ਔਰ ਆਈ ਥਿੰਕ ਤੁਸੀਂ ਟ੍ਰੇਲਰ ਦੇਖਿਆ, ਮੈਨੂੰ ਤਾਂ ਬਹੁਤ ਵਧੀਆ, ਮੈਂ ਵੀ ਤੁਹਾਡੇ ਨਾਲ ਹੀ ਦੇਖਿਆ ਹੈ, ਬਿਕੋਜ਼ ਥੋੜ੍ਹਾ ਥੋੜ੍ਹਾ ਚਲੀ ਹੋਈ ਐਕਸਾਈਟਮੈਂਟ ਰਹਿੰਦੀ ਹੈ,
ਤੇ ਬਹੁਤ ਕੁਛ ਡਿਫਰੈਂਟ ਲੈ ਕੇ ਆਏ ਹਾਂ। ਹੋਪ ਕਿ ਸਾਡੀ ਆਡੀਅੰਸ ਸਾਨੂੰ ਸਪੋਰਟ ਕਰੇ ਔਰ ਆਈ ਥਿੰਕ ਤੁਹਾਡੇ ਬਿਨਾਂ ਇਹ ਅਧੂਰਾ ਹੋਊਗਾ। ਤੁਹਾਡਾ ਸਾਥ ਸਾਨੂੰ ਹਮੇਸ਼ਾ ਬਹੁਤ ਜ਼ਰੂਰੀ ਹੁੰਦਾ ਹੈ। ਸੋ ਥੈਂਕ ਯੂ ਸੋ ਮੱਚ। ਤੁਸੀਂ 22 ਮਾਰਚ ਨੂੰ ਮੂਵੀ ਰਿਲੀਜ਼ ਹੋ ਰਹੀ ਹੈ ਸੰਗਰਾਮ। ਥੈਂਕ ਯੂ ਸੋ ਮੱਚ ਗਾਇਸ। ਥੈਂਕ ਯੂ ਇੰਦਰ ਜੀ। ਇਹ ਬਹੁਤ ਵਧੀਆ ਜਗ੍ਹਾ ਐਕਚੁਅਲੀ, ਤੁਸੀਂ ਸਾਰਿਆਂ ਨਾਲ ਦੇਖ ਪਾ ਰਹੇ ਹੋ। ਸੋ ਫਸਟ ਆਫ ਆਲ ਤੁਹਾਡਾ ਸਾਰਿਆਂ ਦਾ ਥੈਂਕ ਯੂ। ਤੇ ਜਿਵੇਂ ਸ਼ਰਨ ਨੇ ਕਿਹਾ, ਮੇਰੇ ਮਾਈਂਡ 'ਚ ਸੇਮ ਗੱਲ ਸੀ ਵੀ ਅੱਜ ਬਹੁਤ ਵਧੀਆ ਦਿਨ ਹੈ, ਸ਼ਿਵਰਾਤਰੀ ਵੀ ਹੈ ਤੇ ਅੱਜ ਆਪਣਾ ਟ੍ਰੇਲਰ ਵੀ ਸਾਡਾ ਅੱਜ ਰਿਲੀਜ਼ ਹੋਇਆ। ਸੋ ਬਲੈਸਡ ਫੀਲ ਕਰ ਰਹੇ ਹਾਂ ਅਸੀਂ, ਮਤਲਬ ਕਿ ਇੰਟੈਂਸ਼ਨਲੀ ਨਹੀਂ ਕੀਤਾ ਸੀਗਾ। ਜਦੋਂ ਮੈਨੂੰ ਅੱਜ ਸਵੇਰੇ ਪਤਾ ਲੱਗਿਆ ਵੀ ਅੱਜ ਸ਼ਿਵਰਾਤਰੀ ਹੈ ਤਾਂ ਮੈਨੂੰ ਬਹੁਤ ਪੋਜ਼ਿਟਿਵਿਟੀ ਆਈ। ਸੋ ਮਹਾਦੇਵ ਜੀ ਹੱਥ ਰੱਖਣ ਸਾਡੇ ਸਿਰ 'ਤੇ ਸਾਡੀ ਫਿਲਮ 'ਤੇ। ਸੋ ਫਸਟ ਆਫ ਆਲ ਮੈਂ ਥੈਂਕ ਯੂ ਕਰਨਾ ਚਾਹੂੰਗਾ ਸਾਡੇ ਪ੍ਰੋਡਿਊਸਰਸ ਦਾ। ਮੈਂ ਮਤਲਬ ਕਿ ਵੈਸੇ ਹਰ ਇੱਕ ਬੰਦਾ ਇਹ ਕਹਿੰਦਾ ਪ੍ਰੋਡਿਊਸਰਸ ਨੇ ਇਹ ਕੀਤਾ ਉਹ ਕੀਤਾ ਐਵੇਂ ਉਹ ਕੀਤਾ, ਮੈਂ ਦੱਸਣਾ ਚਾਹੁੰਦਾ ਕਿ ਕਿਉਂਕਿ ਉਹ ਪਹਿਲੀ ਵਾਰ ਇੰਡਸਟਰੀ ਦੇ ਵਿੱਚ ਉਹਨੇ ਫਿਲਮ ਬਣਾਉਣ ਲੱਗੇ ਸੀ, ਸੋ ਉਹਨਾਂ ਨੇ ਬਲਾਈਂਡਲੀ ਟਰੱਸਟ ਕੀਤਾ ਮੇਰੇ ਕਨਵਿਕਸ਼ਨ ਦੇ ਉੱਤੇ। ਜੋ ਚੀਜ਼ ਮੈਂ ਡਿਮਾਂਡ ਕੀਤੀ, ਜਿਵੇਂ ਜੋ ਚਾਹਿਆ, ਉਹਨਾਂ ਨੇ ਹਰ ਇੱਕ ਚੀਜ਼ ਪ੍ਰੋਵਾਈਡ ਕੀਤੀ। ਮਤਲਬ ਉਹਨਾਂ ਨੇ ਮੇਰੀ ਜੋ ਥੋਟ ਸੀ ਉਹਨੂੰ ਸਕਰੀਨ ਦੇ ਉੱਤੇ ਲੈ ਕੇ ਆਉਣ ਦੇ ਵਿੱਚ ਕਿਧਰੇ ਮੈਨੂੰ ਇਹ ਨਹੀਂ ਫੀਲ ਹੋਣ ਦਿੱਤਾ ਵੀ ਨਹੀਂ ਯਾਰ ਇਸ ਚੀਜ਼ ਦੀ ਕਮੀ ਹੈ। ਸੋ ਇੱਕ ਵਾਰ ਸਭ ਤੋਂ ਪਹਿਲਾਂ ਮੈਂ ਵੀਪੀ ਭਾਅ ਜੀ ਅਤੇ ਚੀਮਾ ਭਾਅ ਜੀ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ। ਅਤੇ ਇਹ ਫਿਲਮ ਬਣ ਨਹੀਂ ਸਕਦੀ ਸੀ ਜੇ ਇੰਨੇ ਸਪੋਰਟ ਪ੍ਰੋਡਿਊਸਰ ਦੇ ਵੱਲੋਂ ਨਾ ਹੁੰਦੀ, ਕਿਉਂਕਿ ਇਹ ਬਹੁਤ ਹੀ ਡਿਮਾਂਡਿੰਗ ਸਕ੍ਰਿਪਟ ਸੀ। ਮੈਂ ਫਸਟ ਆਫ ਆਲ ਬਾਕੀ ਹੋਰ ਚੀਜ਼ਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਥੋੜ੍ਹੀ ਕੁਛ ਟੈਕਨੀਕਲ ਚੀਜ਼ਾਂ ਬਾਰੇ ਗੱਲ ਕਰਨਾ ਚਾਹੂੰਗਾ ਇਸ ਫਿਲਮ ਬਾਰੇ। ਜਿਵੇਂ ਗੈਵੀ ਭਾਅ ਜੀ ਨੇ ਦੱਸਿਆ ਵੀ ਇਹ ਚਾਰ ਰੁੱਤਾਂ ਨੂੰ ਡਿਫਾਈਨ ਕਰਦੀ ਹੈ ਫਿਲਮ ਹੈ ਜਿਹੜੀ, ਅਤੇ ਚਾਰ ਰੁੱਤਾਂ ਆਪਾਂ ਪੋਸਟਰ ਦੇ ਉੱਤੇ ਵੀ ਮੈਨਸ਼ਨ ਹੈਗੀਆਂ ਆਪਣੀ, ਅਤੇ ਮੈਂ ਵੈਸੇ ਥੋੜ੍ਹਾ ਐਕਸਪਲੇਨ ਵੀ ਕਰ ਦਿੰਦਾ। ਗਰਮੀ ਦੀ ਰੁੱਤ ਹੈ ਇੱਕ, ਇੱਕ ਬਰਸਾਤ ਦੀ ਰੁੱਤ ਹੈ, ਇੱਕ ਸਰਦੀ ਦੀ ਰੁੱਤ ਹੈ ਅਤੇ ਇੱਕ ਬਸੰਤ ਦੀ ਰੁੱਤ ਹੈ। ਅਤੇ ਜਿਹੜੀ ਫਿਲਮ ਦੀ ਕਹਾਣੀ ਹੈ ਚਾਰ ਰੁੱਤਾਂ ਦੇ ਥਰੂ ਨਿਕਲਦੀ ਹੈ। ਸਾਰੇ ਕਰੈਕਟਰ ਇਹਨਾਂ ਰੁੱਤਾਂ ਦੇ ਵਿੱਚ ਉਹਨਾਂ ਦੇ ਉੱਤੇ ਕੀ ਬੀਤਦਾ, ਰੁੱਤਾਂ ਦੇ ਹਿਸਾਬ ਨਾਲ ਹੀ ਸਾਰਾ ਕੁਛ ਸੀ। ਸੋ ਜਦੋਂ ਆਪਾਂ ਇੱਕ ਚੀਜ਼ ਨੂੰ ਸਕਰੀਨ ਦੇ ਉੱਤੇ ਉਤਾਰਨਾ ਹੁੰਦਾ, ਸਪੈਸ਼ਲੀ ਜਿਵੇਂ ਬਰਸਾਤ ਦਾ ਮੌਸਮ ਹੈ, ਬਹੁਤ ਵੱਡੇ ਵੱਡੇ ਸੀਕੁਐਂਸ ਸੀਗੇ, ਤਿੰਨ ਤਿੰਨ ਚਾਰ ਚਾਰ ਦਿਨ ਰੈਗੂਲਰ ਸਾਨੂੰ ਬਰਸਾਤ ਦੇ ਸੀਕੁਐਂਸ ਸ਼ੂਟ ਕਰਨੇ ਸੀ, ਅਤੇ ਹਨੇਰੀ ਚੱਲ ਰਹੀ ਹੈ, ਉਹਦੇ ਲਈ ਸਾਨੂੰ ਜੋ ਟੈਕਨੀਕਲ ਸਪੋਰਟ ਜੋ ਸਾਨੂੰ ਚਾਹੀਦਾ ਸੀਗਾ, ਕਦੀ ਮੈਨੂੰ ਉਹਨਾਂ ਨੇ ਮਹਿਸੂਸ ਨਹੀਂ ਹੋਣ ਦਿੱਤਾ, ਮੇਰੇ ਤੋਂ ਸਵਾਲ ਨਹੀਂ ਪੁੱਛਿਆ ਵੀ ਐਵੇਂ ਕਿਉਂ। ਅਤੇ ਉਸ ਤੋਂ ਬਾਅਦ ਮੈਂ ਐਕਟਰਸ ਦਾ ਸਾਰਿਆਂ ਦਾ ਬਹੁਤ ਥੈਂਕ ਯੂ ਕਰਨਾ ਚਾਹੂੰਗਾ, ਕਿਉਂਕਿ ਅਸੀਂ ਜਦੋਂ ਫਿਲਮ ਸ਼ੂਟ ਕੀਤੀ ਆਲਮੋਸਟ 48 ਡਿਗਰੀ ਟੈਂਪਰੇਚਰ ਸੀ, ਅਤੇ ਐਕਟਰਸ ਸਵੈਟਰ ਪਾ ਕੇ ਕੰਬਲ ਦੀ ਬੁੱਕਲ ਮਾਰ ਕੇ ਅੱਗ ਸੇਕ ਰਹੇ ਸੀ, ਅਤੇ ਅਸੀਂ ਰਾਤ ਨੂੰ ਜਦੋਂ ਬਹੁਤ ਜ਼ਿਆਦਾ ਗਰਮੀ ਸੀ ਅਤੇ ਬਹੁਤ ਵੱਡੀ ਲੋਹੜੀ ਬਾਲ ਕੇ ਉਹਦੇ ਆਉਣ ਸਾਰੇ ਭੰਗੜਾ ਗਿੱਧਾ ਕਰ ਰਹੇ ਸੀ। ਸੋ ਸਾਰਿਆਂ ਦੀ ਬਹੁਤ ਹੀ ਜ਼ਿਆਦਾ ਤਪੱਸਿਆ ਇਸ ਫਿਲਮ ਦੇ ਪਿੱਛੇ। ਇਹ ਫਿਲਮ ਕਦੀ ਸਕਰੀਨ ਦੇ ਉੱਤੇ ਐਵੇਂ ਲੱਗ ਹੀ ਨਹੀਂ ਸਕਦੀ ਸੀ ਜੇ ਹਰ ਇੱਕ ਨੇ ਆਪਣਾ 100% ਨਾ ਦਿੱਤਾ ਹੁੰਦਾ। ਅਤੇ ਹੁਣ ਮੈਂ ਗੱਲ ਕਰਦਾ ਗੈਵੀ ਭਾਅ ਜੀ ਦੀ। ਇਹ ਫਿਲਮ ਸੀਗੀ ਜਿਹੜੀ, ਇਹ ਪਿਓਰਲੀ ਇੱਕ ਐਕਟਰ ਦੇ ਕਰਨ ਦੀ ਮੂਵੀ ਸੀ, ਇੱਕ ਐਕਟਰ ਹੀ ਕਰ ਸਕਦਾ ਸੀ ਇਸਨੂੰ, ਜਿਸ ਨੂੰ ਪਤਾ ਹੋਵੇ ਮਾਈਨਿਊਟ ਟੂ ਮਾਈਨਿਊਟ ਜਿਹੜੇ ਇਮੋਸ਼ਨਸ ਹੈ। ਸੋ ਮੈਂ ਫਰੋਮ ਦਾ ਵੈਰੀ ਫਸਟ ਡੇ ਜਿਸ ਦਿਨ ਅਸੀਂ ਸ਼ੁਰੂ ਕੀਤਾ, ਮੈਂ ਭਾਅ ਜੀ ਨਾਲ ਜੋ ਅਸੀਂ ਕਰੈਕਟਰ ਹਮੇਸ਼ਾ ਡਿਸਕਸ ਕਰਦੇ ਆਏ ਸੀ, ਅਤੇ ਜਿਵੇਂ ਉਹਨਾਂ ਨੇ ਪਹਿਲੇ ਦਿਨ ਪਰਫੋਰਮ ਕੀਤਾ, ਜੋ ਕੋਈ ਫਲਕਚੁਏਸ਼ਨ ਨਹੀਂ ਸੀ, ਉਹਨਾਂ ਨੇ ਕਿਧਰੇ ਕਰੈਕਟਰ ਲੂਜ਼ ਨਹੀਂ ਕੀਤਾ ਪੂਰੇ ਉਹਦੇ 'ਚ, ਵੀ ਉਹਨਾਂ ਦਾ ਜਿਵੇਂ ਉਹਨਾਂ ਨੇ ਡਿਸਾਈਡ ਕੀਤਾ ਸੀ ਅਸੀਂ ਬੈਠ ਕੇ ਵੀ ਇਸ ਤਰੀਕੇ ਹੋਣਾ ਚਾਹੀਦਾ, ਇਸ ਫੇਸ ਦੇ ਵਿੱਚ ਐਵੇਂ ਬਾਡੀ ਲੈਂਗੁਏਜ ਹੋਣੀ ਚਾਹੀਦੀ ਹੈ, ਇਹ ਲੁੱਕ ਹੋਣੀ ਚਾਹੀਦੀ ਹੈ। ਸੋ ਬਾ ਕਮਾਲ ਕੰਮ ਕੀਤਾ ਭਾਅ ਜੀ ਨੇ, ਅਤੇ ਮੈਂ ਪੂਰਾ ਸ਼ੋਰ ਇਸ ਚੀਜ਼ ਨੂੰ ਲੈ ਕੇ ਵੀ ਆਉਣ ਵਾਲੇ ਟਾਈਮ 'ਚ ਨਾ ਗੈਵੀ ਭਾਅ ਜੀ ਤੋਂ ਸਾਨੂੰ ਬਹੁਤ ਵਧੀਆ ਵਧੀਆ ਫਿਲਮਾਂ ਦੇਖਣ ਨੂੰ ਮਿਲਣ ਵਾਲੀਆਂ, ਉਹਨਾਂ ਬਹੁਤ ਬਾ ਕਮਾਲ ਕੰਮ ਕੀਤਾ ਹੈ। ਅਤੇ ਰਹੀ ਗੱਲ ਸ਼ਰਨ ਦੀ, ਅਸੀਂ ਪਹਿਲਾਂ ਕੰਮ ਕਰ ਚੁੱਕੇ ਹਾਂ, ਅਤੇ ਜਦੋਂ ਇਹ ਫਿਲਮ ਦੀ ਕਾਸਟਿੰਗ ਚੱਲ ਰਹੀ ਸੀਗੀ
ਤੇ ਮੇਰੇ ਦਿਮਾਗ ਦੇ ਵਿੱਚ ਕੋਈ ਦੂਜਾ ਨਾਮ ਹੀ ਨਹੀਂ ਸੀ ਕਿਉਂਕਿ ਰੂਪੀ ਦਾ ਕਰੈਕਟਰ ਉਦੋਂ ਦਾ ਮੇਰੇ ਪਿੱਛੇ ਪਿੱਛੇ ਤੁਰਿਆ ਫਿਰਦਾ ਸੀ ਸ਼ਰੀਕ 2 ਦੇ ਟਾਈਮ ਦਾ ਤੇ ਇਹਦੇ ਵਿੱਚ ਕਿਰਤ ਦਾ ਕਰੈਕਟਰ ਮੈਂ ਨਹੀਂ ਕਹਿੰਦਾ ਸੇਮ ਹੈ ਬਟ ਉਹਦੀ ਵਾਈਫ ਕਿਧਰੇ ਨਾ ਕਿਧਰੇ ਇੱਕ ਪੰਜਾਬੀ ਕੁੜੀ ਇੱਕ ਪੰਜਾਬੀ ਕੁੜੀ ਜਿਹਦਾ ਨਾ ਆਪਾਂ ਕਹੀਏ ਵੀ ਉਹਦੀ ਦਿੱਖ ਹੈ ਜਿਹੜੀ ਪੰਜਾਬਣ ਲੱਗਣੀ ਚਾਹੀਦੀ ਹੈ ਉਹ ਕੁੜੀ ਸੋ ਸ਼ਰਨ ਬਹੁਤ ਬਾ ਕਮਾਲ ਲੱਗੇ ਤੁਸੀਂ ਦੇਖਿਆ ਹੀ ਹੈ ਉਹਦੇ ਉੱਤੇ ਪਰਦੇ ਤੇ ਤੇ ਉਹਨਾਂ ਦੇ ਉਸ ਵਿੱਚ ਵੀ ਸ਼ੇਡਸ ਹੈ ਇੱਕ ਕੁੜੀ ਤੋਂ ਲੈ ਕੇ ਇੱਕ ਵਾਈਫ ਇੱਕ ਮੈਚਿਓਰ ਵਾਈਫ ਤੱਕ ਦਾ ਉਹਨਾਂ ਨੇ ਜੋ ਇੱਕ ਸਫ਼ਰ ਹੈ ਬਹੁਤ ਬਾ ਕਮਾਲ ਉਹਨਾਂ ਨੇ ਪਰਦੇ ਦੇ ਉੱਤੇ ਉਤਾਰਿਆ ਬਾਕੀ ਮੈਂ ਜਿਵੇਂ ਕਿਹਾ ਹੀ ਹੈ ਸਾਰੇ ਐਕਟਰਸ ਨੇ ਬਹੁਤ ਵਧੀਆ ਕੰਮ ਕੀਤਾ ਬਹੁਤ ਡੈਡੀਕੇਟਡ ਤੇ ਬਹੁਤ ਜ਼ਿਆਦਾ ਕੋਆਪਰੇਟਿਵ ਰਹੇ ਹੈ ਤੇ ਉਸ ਤੋਂ ਵੀ ਵੱਡੀ ਜਿਵੇਂ ਭਾਅ ਜੀ ਨੇ ਆਉਂਦੇ ਸਾਰੇ ਗੱਲ ਕਹੀ ਸੀ ਤੇ ਮੈਂ ਇੱਕ ਚੀਜ਼ ਲਈ ਗੁਨਾਹਗਾਰ ਵੀ ਹਾਂ ਮੈਂ ਔਨ ਸਕਰੀਨ ਔਨ ਕੈਮਰਾ ਉਹ ਗੱਲ ਕਹਿ ਰਿਹਾ ਡੈਵੀ ਭਾਅ ਜੀ ਦਾ ਲਾਸਟ ਜਿਸ ਦਿਨ ਉਹਨਾਂ ਦਾ ਸੀਨ ਸ਼ੂਟ ਹੋ ਰਿਹਾ ਸੀਗਾ ਐਕਸ਼ਨ ਸੀਕੁਐਂਸ ਸੀਗਾ ਤੇ ਐਕਸੀਡੈਂਟ ਹੋ ਗਿਆ ਸੀ ਉਸ ਦਿਨ ਤੇ ਉਹਨਾਂ ਨੂੰ ਆਈ ਥਿੰਕ ਹਿਪ ਬੋਨ ਦੇ ਵਿੱਚ ਉਹਨਾਂ ਦੇ ਫ੍ਰੈਕਚਰ ਸੀ ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਉਸ ਦਿਨ ਅਗਲੇ ਦਿਨ ਉਹਨਾਂ ਨੇ ਸ਼ੂਟ ਕੰਪਲੀਟ ਕੀਤਾ ਆਪਣਾ ਜੋ ਰਹਿ ਗਿਆ ਸੀ ਪੈਂਡਿੰਗ ਉਹਨਾਂ ਨੇ ਸ਼ਾਟ ਦਿੱਤਾ ਤੇ ਉਸ ਤੋਂ ਬਾਅਦ ਵੀ ਹਰ ਇੱਕ ਲੈਵਲ ਦੇ ਉੱਤੇ ਜਿੱਥੇ ਮਤਲਬ ਡਬਿੰਗ ਦੇ ਲੈਵਲ ਤੇ ਕਿਧਰੇ ਵੀ ਉਹਨਾਂ ਨੇ ਆਪਣੀ ਜੋ ਉਹਨਾਂ ਨੂੰ ਸੱਟ ਲੱਗੀ ਸੀ ਉਸਦੇ ਬਾਵਜੂਦ ਵੀ ਪੂਰਾ ਟਾਈਮ ਦਿੱਤਾ ਉਹਨਾਂ ਨੇ ਪੂਰੀ ਡੈਡੀਕੇਸ਼ਨ ਨਾਲ ਇੱਕ ਵਾਰ ਮੈਂ ਚਾਹਾਂਗਾ ਤੁਸੀਂ ਤਾੜੀ ਜ਼ਰੂਰ ਮਾਰਦੇ ਦਿੱਤਾ ਜੀ ਸੋ ਐਕਟਰ ਹੋਣ ਦੇ ਨਾਲ ਨਾਲ ਉਹ ਬਹੁਤ ਬਾਕਮਾਲ ਇਨਸਾਨ ਹੈ ਉਹਨਾਂ ਨੇ ਆਪਣੀ ਤਕਲੀਫ ਨੂੰ ਸਾਈਡ ਤੇ ਰੱਖ ਕੇ ਸਾਡੇ ਪ੍ਰੋਜੈਕਟ ਲਈ ਆਪਣੇ ਸਾਰੇ ਦਾ ਪ੍ਰੋਜੈਕਟ ਤੇ ਉਹਦੇ ਲਈ ਭਾਅ ਜੀ ਨੇ ਬਹੁਤ ਹੀ ਜ਼ਿਆਦਾ ਮਤਲਬ ਦੁੱਖ ਤਕਲੀਫ ਸਹਿ ਕੇ ਵੀ ਕੰਮ ਆਪਣਾ ਪੂਰਾ ਕੀਤਾ ਬਾਕੀ ਰਾਜ ਮੈਮ ਬੈਠੇ ਹੈ ਉਹਨਾਂ ਦਾ ਇੱਕ ਸੀਨ ਸੀਗਾ ਸ਼ੂਟ ਕਰਦੇ ਹੋਏ ਮੈਨੂੰ ਉਹ ਹਮੇਸ਼ਾ ਐਡਿਟ 'ਚ ਵੀ ਯਾਦ ਆ ਜਾਂਦਾ ਤੇ ਰਾਜ ਮੈਮ ਤੇ ਕੈਮਿਸਟਰੀ ਬਹੁਤ ਕਮਾਲ ਹੈ ਮਾਂ ਬੇਟੇ ਦਾ ਰੋਲ ਹੈ ਇਹਨਾਂ ਦਾ ਮਤਲਬ ਕਰੈਕਟਰ ਹੈ ਇਹਨਾਂ ਦਾ ਇੱਕ ਜੇਲ੍ਹ 'ਚ ਸੀਨ ਸੀਗਾ ਉਹ ਜਦੋਂ ਸ਼ੂਟ ਹੋ ਰਿਹਾ ਸੀਗਾ ਮੋਨੀਟਰ ਤੇ ਬੈਠੇ ਹੋਏ ਮੇਰੀ ਅੱਖਾਂ 'ਚ ਜਿੰਨੀ ਵਾਰ ਸੀ ਉਸਨੂੰ ਸ਼ੂਟ ਕੀਤਾ ਹਰ ਵਾਰ ਮੇਰੀ ਅੱਖਾਂ 'ਚ ਪਾਣੀ ਆ ਗਿਆ ਬਹੁਤ ਹੀ ਕਮਾਲ ਐਕਟਿੰਗ ਸੋ ਮੈਂ ਇੱਕ ਚੀਜ਼ ਤੁਹਾਨੂੰ ਪ੍ਰੋਮਿਸ ਕਰਦਾ ਜਿੰਨੇ ਵੀ ਐਕਟਰਸ ਨੇ ਕੰਮ ਕੀਤਾ ਨਾ ਉਹਨਾਂ ਦੀ ਤੁਹਾਨੂੰ ਬਹੁਤ ਹੀ ਬਾ ਕਮਾਲ ਅਦਾਕਾਰੀ ਦੇਖਣ ਨੂੰ ਮਿਲਣ ਵਾਲੀ ਹੈ ਕਿਉਂਕਿ ਹਰ ਕਿਸੇ ਦਾ ਕਿਰਦਾਰ ਮੈਂ ਆਪਣੇ ਮੂੰਹੋਂ ਇਹ ਨਹੀਂ ਕਹਿ ਰਿਹਾ ਵੀ ਮੈਂ ਲਿਖਿਆ ਇਸ ਕਰਕੇ ਕਹਿ ਰਿਹਾ ਮੈਂ ਮੰਨਦਾ ਵੀ ਜਿਹੜੀ ਸਕ੍ਰਿਪਟ ਹੁੰਦੀ ਹੈ ਉਹ ਰੱਬ ਦੀ ਦਾਤ ਹੁੰਦੀ ਹੈ ਇੱਕ ਰਾਈਟਰ ਨੂੰ ਮੈਂ ਥੈਂਕ ਯੂ ਕਹਿੰਦਾ ਵਾਹਿਗੁਰੂ ਜੀ ਨੂੰ ਜਿਨ੍ਹਾਂ ਨੇ ਮੈਨੂੰ ਬਖਸ਼ੀ ਹੈ ਦਾਤ ਸੰਗਰਾਂਦ ਲਿਖਣ ਦਾ ਮੈਨੂੰ ਬਲ ਬਖਸ਼ਿਆ ਸੋ ਸਾਰਿਆਂ ਦੇ ਕਰੈਕਟਰਸ ਬਹੁਤ ਸੋਹਣੇ ਆ ਮੈਂ ਬਹੁਤ ਟਾਈਮ ਲੈ ਲਿਆ ਤੁਹਾਡਾ ਸੋਰੀ ਅੱਗੇ ਹੁਣ ਮੈਂ ਪਾਸ ਕਰਦਾ ਮਾਈਕ ਆਪਣਾ ਵੀਪੀ ਭਾਅ ਜੀ ਨੂੰ ਅਤੇ ਬੱਚੀ ਬਾਬਾ ਜੀ ਨੂੰ ਸਾਰੇ ਆਏ ਹੋਏ ਮਿੱਤਰਾਂ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਇਹ ਮੂਵੀ ਇੰਦਰ ਜੀ ਨੇ ਜਦੋਂ ਮੈਨੂੰ ਸਟੋਰੀ ਸੁਣਾਈ ਤਾਂ ਮੈਨੂੰ ਬਹੁਤ ਅੱਛੀ ਲੱਗੀ ਬੇਸਿਕਲੀ ਇਸ ਮੂਵੀ ਦੇ ਵਿੱਚ ਜਿਹੜਾ ਥੀਮ ਹੈ ਇਹਦਾ ਇਹ ਹੈ ਵੀ ਸਾਡੇ ਜਿਹੜੇ ਪੰਜਾਬੀ ਜਾਂ ਹਿੰਦੁਸਤਾਨੀ ਲੋਕ ਨੇ ਇਹ ਦੁਸ਼ਮਣੀਆਂ ਇੱਕ ਦੂਜੇ 'ਤੇ ਝੂਠੀਆਂ ਤੋਹਮਤਾਂ ਲਾ ਕੇ ਲੜਾਈਆਂ ਕਰਾਉਂਦੇ ਨੇ ਇਹਦੇ ਵਿੱਚ ਅਸੀਂ ਉਹ ਥੀਮ ਕੱਢਿਆ ਵੀ ਸਾਨੂੰ ਦੁਸ਼ਮਣੀਆਂ ਭੁੱਲ ਕੇ ਸਾਰਿਆਂ ਨਾਲ ਅਤੇ ਜੇ ਕਿਤੇ ਕੋਈ ਗਲਤੀ ਹੋ ਜਾਂਦੀ ਹੈ ਤਾਂ ਸਾਨੂੰ ਮਾਫ਼ ਕਰਨਾ ਚਾਹੀਦਾ ਅਤੇ ਮਾਫ਼ੀ ਮੰਗ ਲੈਣੀ ਚਾਹੀਦੀ ਹੈ ਅਤੇ ਇਸ ਕਰਕੇ ਇਸ ਆਉਣ ਵਾਲੇ ਟਾਈਮ ਦੀਆਂ ਖੁਸ਼ੀਆਂ ਦੀ ਸੰਗਰਾਂਦ ਹੈ ਜਿਹੜੀ ਜਿਸ ਘਰ ਦੇ ਵਿੱਚ ਜਿਸ ਮੁਲਕ ਦੇ ਵਿੱਚ ਦੁਸ਼ਮਣੀਆਂ ਖਤਮ ਹੋ ਜਾਣਗੀਆਂ ਉੱਥੇ ਹਰ ਸੰਗਰਾਂਦ ਖੁਸ਼ੀਆਂ ਦੀ ਹੋਊਗੀ ਮੈਂ ਆਪਣੇ ਸਾਰੇ ਟੀਮ ਮੈਂਬਰਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਸੋਹਣਾ ਕੰਮ ਕੀਤਾ ਖਾਸ ਕਰਕੇ ਇੰਦਰ ਜੀ ਨੇ ਸਟੋਰੀ ਬਹੁਤ ਵਧੀਆ ਕੀਤੀ ਹੈ ਅਤੇ ਮੈਂ ਬਹੁਤ ਧੰਨਵਾਦੀ ਹਾਂ ਸਾਰਿਆਂ ਦਾ ਤੁਸੀਂ ਸਾਡਾ ਇੰਨਾ ਸਾਥ ਦਿੱਤਾ ਇੱਥੇ ਆਏ ਹੋ ਟ੍ਰੇਲਰ ਦੇਖਣ ਵਾਸਤੇ ਅਤੇ ਮਹਾਰਾਜ ਸਭ ਨੂੰ ਕਿਰਪਾ ਕਰੇ ਸਭ 'ਤੇ ਅਤੇ ਆਉਣ ਵਾਲੇ ਯੁੱਗ ਦੇ ਵਿੱਚ ਦੁਸ਼ਮਣੀਆਂ ਖਤਮ ਹੋ ਜਾਣ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਲਓ ਜੀ ਬਹੁਤ ਮਿਹਨਤ ਨਾਲ ਬਣਾਈ ਹੈ ਸਾਡੇ ਟੀਜ਼ਰ ਨੂੰ
ਸਾਡੇ ਟੀਜ਼ਰ ਨੂੰ ਬਹੁਤ ਜ਼ਿਆਦਾ ਆਡੀਅੰਸ ਵੱਲੋਂ ਪਸੰਦ ਕੀਤਾ ਜਾ ਰਿਹਾ, ਗਾਣੇ ਜਿੰਨੇ ਆਏ ਨੇ ਗਾਣੇ ਵੀ ਸਾਰੇ ਉਸ ਵੱਲੋਂ ਪਸੰਦ ਕੀਤੇ ਜਾ ਰਹੇ ਨੇ, ਸਾਨੂੰ ਉਮੀਦ ਹੈ। ਹਾਂਜੀ ਵਧੀਆ ਰਹੇਗਾ ਭਾਅ ਜੀ, ਤੁਹਾਡੀ ਬਲੈਸਿੰਗ ਚਾਹੀਦੀ ਹੈ ਸਾਨੂੰ ਉਸ ਚੀਜ਼ ਲਈ, ਬਹੁਤ ਵਧੀਆ ਭਾਅ ਜੀ, ਥੈਂਕ ਯੂ ਭਾਅ ਜੀ, ਥੈਂਕ ਯੂ। ਅਤੇ ਮੈਂ ਵੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਸਭ ਤੋਂ ਪਹਿਲਾਂ ਤਾਂ ਇੰਦਰ ਵੀਰੇ ਥੈਂਕ ਯੂ ਫਿਲਮ ਦੇਣ ਲਈ। ਖੁਸ਼ੀ ਇਸ ਕਰਕੇ ਵੀ ਸੀ ਕਿ ਗੈਰੀ ਵੀਰ ਨਾਲ ਮੇਰਾ ਬਹੁਤ ਪੁਰਾਣਾ ਪਿਆਰ ਹੈ ਜੀ, ਘੱਟੋ 20-25 ਸਾਲ ਪੁਰਾਣਾ, ਤੁਹਾਡਾ ਵੀ ਬਹੁਤ ਖੁਸ਼ੀ ਹੈ। ਸੋ ਇੱਕ ਗੱਲ ਕੀਤੀ ਸੀ ਵੀਰੇ, ਤੁਹਾਡੇ ਹੱਥ ਵਾਸ ਕੁਛ ਨਹੀਂ ਸੀਗਾ, ਉਹ ਜਸਟ ਇੱਕ ਕਰੈਕਟਰ ਸੀ, ਉਹ ਕਰਦੇ ਹੋਏ ਜੋ ਵੀ ਲੱਗਿਆ, ਅਤੇ ਮੈਨੂੰ ਪੋਜ਼ਿਟਿਵਿਟੀ ਇਸ ਕਰਕੇ ਹੈ ਕਿ ਜਿਹੜੀ ਉਹ ਸੱਟ ਲੱਗੀ ਹੋਈ ਹੈ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਮੇਰੇ ਖਿਆਲ ਪ੍ਰੀਮਿਸਿਸ ਦੇ ਵਿੱਚ ਹੀ ਸੀਗਾ ਜੀ, ਸੋ ਉਹਨਾਂ ਦੀ ਕੋਈ ਰਜਾ ਸੀਗੀ, ਅਤੇ ਮੈਂ ਉਹ ਉਹਨਾਂ ਦੇ ਭਾਣੇ ਜੀ ਐਂ ਕਰੋ, ਅਤੇ ਈਵਨ ਕਿ 35-36 ਸਾਲ ਹੋ ਗਏ ਸਟਰਗਲ ਕਰਦੇ ਨੂੰ ਇਸ ਇੰਡਸਟਰੀ 'ਚ, ਅਤੇ ਕਦੇ ਵੀ ਇੰਨੀਆਂ ਫਿਲਮਾਂ ਔਫਰ ਨਹੀਂ ਹੋਈਆਂ। ਮੈਡਲ ਤੋਂ ਬਾਅਦ ਮੇਰੇ ਕੋਲ 8 ਪ੍ਰੋਜੈਕਟ ਆਏ ਜਿਹੜੇ ਕਿ ਮੈਂ 8 ਹੀ ਮੈਨੂੰ ਛੱਡਣੇ ਪਏ, ਪਰ ਮੈਨੂੰ ਤਾਂ ਵੀ ਇਹ ਖੁਸ਼ੀ ਹੈ ਕਿ ਮੈਂ ਸੰਗਰਾਮ ਦਾ ਹਿੱਸਾ ਸੀਗਾ, ਤਾਂ ਉਹਦੇ ਲਈ ਪੂਰੀ ਟੀਮ ਦਾ ਥੈਂਕਸ ਬੀਬੀ ਭਾਜੀ ਵੀਰੇ ਗੈਰੀ ਸ਼ਰਨ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਜੀ। ਰਾਜ ਮੈਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੱਲ ਕਹਿਣਾ, ਮੈਂ ਗੈਵੀ ਭਾਈ ਅਤੇ ਮੈਂ ਗੈਵੀ ਭਾਈ ਜਿਹਾ ਗਾਣੇ ਸ਼ੁਰੂ ਕੀਤੇ ਸੀ ਭਾਈ ਨੇ, ਅਤੇ ਉਦੋਂ ਮੈਂ ਭਾਈ ਦੇ ਮਿਊਜ਼ਿਕ ਵੀਡੀਓ ਦੇਖਦਾ ਸੀ, ਅਤੇ ਉਸ ਤੋਂ ਬਾਅਦ ਚਲੋ ਸਵਾਬ ਬੇਰੋ ਹੀ ਬਣ ਗਿਆ, ਅਤੇ ਮੈਂ ਵੀ ਮਿਊਜ਼ਿਕ ਵੀਡੀਓ ਕਰਨ ਲੱਗ ਗਿਆ, ਪਰ ਭਾਈ ਨੂੰ ਕਦੇ ਮਿਲਿਆ ਨਹੀਂ ਸੀ ਮੈਂ, ਅਤੇ ਪਹਿਲੀ ਵਾਰੀ ਆਪਾਂ ਆਈ ਥਿੰਕ ਸੈੱਟ 'ਤੇ ਹੀ ਮਿਲਿਆ, ਅਤੇ ਇੰਨੀ ਜਰਨੀ ਇਕੱਠਿਆਂ ਦੀ ਰਹੀ ਪਰ ਚੱਲਦੀ ਲੱਗ ਲੱਗ ਰਹੀ, ਸੰਗਰਾਂਦ 'ਤੇ ਆ ਕੇ ਮਿਲ ਗਏ, ਅਤੇ ਵੀ ਇੱਕ ਪਲੱਸ ਪੁਆਇੰਟ ਆ ਸਾਡੀ ਵੱਲੋਂ ਦਾ, ਅਸੀਂ ਪਹਿਲੀ ਵਾਰੀ ਮਿਲੇ ਉੱਥੇ, ਅਤੇ ਆਲ ਓਵਰ ਜਿਹੜਾ ਪ੍ਰੋਜੈਕਟ ਹੈ ਉਹ ਬਹੁਤ ਵਧੀਆ ਬਣਿਆ, ਤੁਸੀਂ ਦੇਖ ਲਓ ਜਿਵੇਂ ਹਰ ਸੀਨ ਤੋਂ ਬਾਅਦ ਇੱਕ ਨਵੀਂ ਵੇਰੀਏਸ਼ਨ ਹੈ, ਅਤੇ ਇੰਟਰਸਟਿੰਗ ਹੈ, ਕਿਤੇ ਇਹ ਨਹੀਂ ਹੋ ਰਿਹਾ ਕਿ ਚਰਚ ਨਹੀਂ ਕਰ ਪਾ ਰਹੇ ਵੀ ਕੀ ਸਟੋਰੀ ਹੋਊਗੀ, ਅਤੇ ਕਿਉਂਕਿ ਮੋਸਟਲੀ ਕਈ ਤਾਂ ਥੀਏਟਰਸ ਦੇਖ ਕੇ ਜੱਜ ਹੋ ਜਾਂਦਾ ਕਿ ਆਹ ਹੋਊਗਾ, ਬਟ ਬਹੁਤ ਵਧੀਆ, ਅਤੇ ਇੰਦਰ ਭਾਈ ਤਾਂ ਮੈਂ ਸੱਚੀ ਬੋਲਾਂ ਥੋੜ੍ਹੀ ਰਾਈਟਿੰਗ 'ਚ ਬਹੁਤ ਆਉਣਾ, ਅਤੇ ਹੁਣ ਤੁਸੀਂ ਡਾਇਰੈਕਸ਼ਨ 'ਚ ਵੀ ਨਾ ਆਉਣਾ ਜੀ ਸੀਰੀਅਸਲੀ, ਸੋ ਸਾਰੀ ਟੀਮ ਨੂੰ ਤੁਸੀਂ ਮੈਨੂੰ ਪੁੱਛਣਾ ਸੀ ਤਾਂ ਬੋਲੀ ਜਾ ਰਹੇ ਬੋਲੀ ਜਾ ਰਹੇ, ਤੁਸੀਂ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ, ਮੈਨੂੰ ਇੱਕ ਵੱਡੀ ਚੀਜ਼ ਦਾ ਛੋਟਾ ਹਿੱਸਾ ਹੋਣਾ ਬਹੁਤ ਮਾਣ ਵਾਲੀ ਗੱਲ ਲੱਗਦੀ ਹੈ ਕਿ ਐਡੇ ਵੱਡੇ ਪ੍ਰੋਜੈਕਟ ਦਾ ਇੱਕ ਛੋਟਾ ਹਿੱਸਾ ਮੈਂ ਹੈਗੀ ਹਾਂ, ਪਰ ਮੈਨੂੰ ਉਹ ਹਿੱਸਾ ਹੋਣਾ ਮਤਲਬ ਬਹੁਤ ਵੱਡਾ ਹੈ, ਕਿਉਂਕਿ ਮੇਰੇ ਤੋਂ ਹੀ ਸਾਰੀ ਫਿਲਮ ਦਾ ਕੰਫਲਿਕਟ ਹੈ, ਠੀਕ ਹੈ, ਅਤੇ ਚਾਹੇ ਛੋਟਾ ਹਿੱਸਾ ਪਰ ਮੈਨੂੰ, ਮੈਂ ਥੈਂਕਸ ਕਰਦੀ ਹਾਂ ਟੀਮ ਦਾ, ਪ੍ਰੋਡਿਊਸਰਸ ਦਾ, ਅਤੇ ਮੈਨੂੰ ਬਹੁਤ ਚੰਗਾ ਲੱਗਿਆ ਇਸ ਫਿਲਮ ਦੇ ਵਿੱਚ ਕੰਮ ਕਰਕੇ, ਵੀਰੇ ਗੈਰ ਵੀਰ ਉਹਨਾਂ ਨਾਲ ਮੈਂ ਫਸਟ ਟਾਈਮ ਕੀਤਾ ਕੰਮ, ਸ਼ਰਨ ਨਾਲ ਅਮਨ ਉਹਨਾਂ ਨਾਲ ਪਹਿਲਾਂ ਕੰਮ ਕੀਤਾ ਹੋਇਆ, ਸੋ ਸਾਰਿਆਂ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ, ਫਿਲਮ ਬਹੁਤ ਸੋਹਣੀ ਬਣੀ ਹੈ। ਉੱਥੇ ਬੈਠ ਕੇ ਮਤਲਬ ਇੰਦਰ ਭਾਅ ਜੀ ਨਾਲ ਜਦੋਂ ਗੱਲਾਂ ਕਰਦੀ ਸੀ ਤਾਂ ਕਾਫੀ ਸਾਰੀਆਂ ਚੀਜ਼ਾਂ ਇਹਨਾਂ ਤੋਂ ਸਿੱਖਣ ਨੂੰ ਮਿਲੀਆਂ, ਮੈਂ ਪਹਿਲਾਂ ਨਹੀਂ ਜਾਣਦੀ ਸੀ ਭਾਅ ਜੀ ਨੂੰ, ਅਤੇ ਮਤਲਬ ਮੈਂ ਫਸਟ ਟਾਈਮ ਮਿਲੀ ਸੀ ਜਦੋਂ ਇਹਨਾਂ ਦਾ ਕਾਲ ਆਇਆ ਸੀਗਾ ਕਿ ਇੱਦਾਂ ਫਿਲਮ ਕਰਨੀ ਹੈ, ਅਤੇ ਮੈਨੂੰ ਇਹਨਾਂ ਨੇ ਦੱਸਿਆ ਕਿ ਹੈਗਾ ਤਾਂ ਕੰਮ ਥੋੜ੍ਹਾ ਹੈ ਪਰ ਇੱਦਾਂ, ਮੈਂ ਕਿਹਾ ਭਾਅ ਜੀ ਗੱਲ ਕੰਮ ਥੋੜ੍ਹੇ ਵਾਲੀ ਨਹੀਂ, ਕਿ ਇੱਕ ਸੀਨ ਵੀ ਹੈ ਭਾਵੇਂ ਉਹ ਕਿੰਨਾ ਕਿ ਛੋਟਾ ਹੈ ਬਟ ਉਹ ਇੰਪੋਰਟੈਂਟ ਕਿੰਨਾ ਹੈ, ਸੋ ਮੈਨੂੰ ਬਹੁਤ ਚੰਗਾ ਲੱਗਿਆ ਇਸ ਫਿਲਮ ਦਾ ਹਿੱਸਾ ਬਣ ਕੇ, ਥੈਂਕ ਯੂ ਸੋ ਮਚ।
ਸੋ ਹੁਣ ਮੀਡੀਆ ਦੇ ਜੇ ਕੋਈ ਸਵਾਲ ਆ ਉਹ ਪੁੱਛ ਸਕਦੇ ਆ। ਮੇਰੀ ਇਹ ਫਸਟ ਫਿਲਮ ਹੈ ਜਿਹਦੇ ਵਿੱਚ ਮੈਂ ਬਹੁਤ ਵੱਡਾ ਕਰੈਕਟਰ ਕਰ ਰਹੀ ਹਾਂ, ਇਹ ਸਿਰਫ ਇੰਦਰ ਸਰ ਕਰਕੇ ਹੋਇਆ। ਥੈਂਕ ਯੂ ਸੋ ਮੱਚ ਸਰ, ਤੁਸੀਂ ਮੈਨੂੰ ਚੂਜ਼ ਕੀਤਾ ਇਸ ਕਰੈਕਟਰ ਲਈ। ਮੈਂ ਗੈਵੀ ਸਰ ਦੀ ਸਿਸਟਰ ਦਾ ਕਰੈਕਟਰ ਕਰ ਰਹੀ ਹਾਂ। ਮੈਂ ਜਦ ਸਰ ਨੇ ਮੈਨੂੰ ਬੁਲਾਇਆ ਸੀ ਬਠਿੰਡੇ, ਸਟੋਰੀ ਸੁਣਾਈ, ਮੈਨੂੰ ਇੰਨੀ ਅੱਛੀ ਲੱਗੀ ਕਿ ਇੱਕ ਮਤਲਬ ਸਿਸਟਰ ਦਾ ਕਿੱਦਾਂ ਦਾ ਸਟਰਗਲ ਹੈਗਾ ਆਪਣੇ ਬ੍ਰਦਰ ਦੀ ਲਾਈਫ ਦੇ ਵਿੱਚ, ਅਤੇ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿੱਦਾਂ ਆਪਣੇ ਬ੍ਰਦਰ ਦੇ ਨਾਲ ਰਹਿੰਦੀ ਆ। ਹਾਲਾਂਕਿ ਉਹਦੀ ਲਾਈਫ ਦੇ ਵਿੱਚ ਵੀ ਬਹੁਤ ਪੜਾਵ ਆਉਂਦੇ ਆ, ਬਟ ਉਹ ਸਟਿਲ ਆਪਣੇ ਬ੍ਰਦਰ ਦੇ ਨਾਲ ਖੜੀ ਆ, ਅਤੇ ਬਹੁਤ ਪਿਆਰੀ ਸਟੋਰੀ ਆ, ਬਹੁਤ ਮੇਰੀ ਪਿਆਰੀ ਜਰਨੀ ਰਹੀ। ਗੈਵੀ ਸਰ ਨਾਲ ਫਸਟ ਸੀਨ ਹੀ ਮੈਨੂੰ ਅੱਜ ਵੀ ਯਾਦ ਆ, ਲਿਟਰਲੀ ਉਹ ਇੰਨਾ ਟਫ ਸੀਨ ਸੀ। ਮੈਂ ਇੰਦਰ ਸਰ ਨਾਲ ਗੱਲ ਵੀ ਕੀਤੀ ਸੀ ਕਿ ਸਰ ਮੈਂ ਪਹਿਲੀ ਵਾਰ ਗੈਵੀ ਸਰ ਨਾਲ ਕੰਮ ਕਰਨ ਲੱਗੀ ਹਾਂ ਅਤੇ ਇੰਨਾ ਟਫ ਸੀਨ ਆ ਗਿਆ, ਬਟ ਮੈਨੂੰ ਬਿਲਕੁਲ ਰਿਲਾਈਜ਼ ਨਹੀਂ ਹੋਣ ਦਿੱਤਾ ਕਿ ਇਹ ਟਫ ਹੈ ਅਤੇ ਤੂੰ ਨਹੀਂ ਕਰ ਸਕਦੀ। ਬਹੁਤ ਮਤਲਬ ਮੈਨੂੰ ਮਜ਼ਾ ਆਇਆ ਸੀ ਸਰ, ਅਤੇ ਤੁਹਾਡੇ ਸਹਿਯੋਗ ਦੇ ਨਾਲ ਮੈਂ ਕਰ ਪਾਈ। ਥੈਂਕ ਯੂ। ਇਸ ਬੇਟੀ ਨੇ ਜਿਹੜਾ ਰੋਲ ਕੀਤਾ ਇਸ ਪਿਕਚਰ ਦੇ ਵਿੱਚ ਗੈਵੀ ਜੀ ਦੀ ਸਿਸਟਰ ਦਾ, ਜਦੋਂ ਅਸੀਂ ਸ਼ੂਟਿੰਗ ਦੇਖ ਰਹੇ ਸੀ ਤਾਂ ਜਦੋਂ ਇਹਨੇ ਰੋਲ ਕੀਤਾ ਤਾਂ ਉਹ ਐਂ ਲੱਗਿਆ ਮੇਰੀਆਂ ਅੱਖਾਂ 'ਚੋਂ ਪਾਣੀ ਆ ਗਿਆ ਵੀ ਜਿੱਦਾਂ ਜੈਨੂਨ ਹੈ ਸਾਰਾ ਕੁਛ, ਅਤੇ ਮੈਂ ਤਾਂ ਬਹੁਤ ਥੈਂਕਫੁੱਲ ਹਾਂ ਵੀ ਬਹੁਤ ਸੋਹਣਾ ਰੋਲ ਕੀਤਾ ਇਹਨਾਂ। ਬਸ ਉਹੀ ਹੈ ਕਿ ਮੈਂ ਇੰਦਰ ਸਰ ਨਾਲ ਕੰਮ ਕਰਨ ਲੱਗੀ ਹਾਂ ਅਤੇ ਇੰਦਰ ਸਰ ਨਾਲ ਟਫ ਸੀਨ ਆ ਗਿਆ। ਅਸੀਂ ਮਤਲਬ ਫੀਲ ਹੀ ਨਹੀਂ ਕੀਤਾ ਕਿ ਅਸੀਂ ਸੈੱਟ 'ਤੇ ਕਿਵੇਂ ਇੰਜੋਏ ਕਰਦੇ ਕਰਦੇ ਸਾਰੇ ਸੀਨਸ ਕਰ ਲੈਂਦੇ ਸੀ, ਮਤਲਬ ਮੈਨੂੰ ਸਾਰਿਆਂ ਨਾਲ ਬਹੁਤ ਮਜ਼ਾ ਆਇਆ ਕੰਮ ਕਰਕੇ। ਥੈਂਕ ਯੂ ਸੋ ਮੱਚ ਸਰ ਵੰਸ ਅਗੇਨ ਐਂਡ ਅਗੇਨ ਐਂਡ ਅਗੇਨ ਕਿ ਮੈਨੂੰ ਤੁਸੀਂ ਇੰਨਾ ਵੱਡਾ ਚਾਂਸ ਦਿੱਤਾ। ਥੈਂਕ ਯੂ ਮੇਰੇ ਪ੍ਰੋਡਿਊਸਰਸ ਦਾ, ਮੇਰੀ ਸਾਰੀ ਟੀਮ ਦਾ, ਜਿਹੜੇ ਵੀ ਜਿੱਥੇ ਵੀ ਬੈਠੇ ਹੋਣਗੇ, ਜਿਹੜੇ ਨਹੀਂ ਆਏ ਉਹਨਾਂ ਦਾ ਵੀ ਥੈਂਕ ਯੂ। ਤੁਸੀਂ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਅਤੇ ਤੁਸੀਂ ਹੁਣ ਸਾਡਾ ਕੰਮ ਖਤਮ ਹੋ ਗਿਆ, ਅਸੀਂ ਫਿਲਮ ਬਣਾ ਲਈ ਆ, ਹੁਣ ਤੁਹਾਡਾ ਕੰਮ ਹੈ, ਤੁਸੀਂ ਜਾਣਾ 22 ਮਾਰਚ ਨੂੰ ਫਿਲਮ ਦੇਖ ਕੇ ਆਉਣੀ ਹੈ ਅਤੇ ਸਾਨੂੰ ਦੱਸਣਾ ਕਿ ਕਿੱਦਾਂ ਲੱਗਦਾ। ਥੈਂਕ ਯੂ। ਥੈਂਕ ਯੂ। ਸੋ ਸਵਾਲ ਹੁਣ ਜਿਹੜੇ ਤੁਹਾਡੇ ਹੈਗੇ ਉਹ ਤੁਸੀਂ ਪੁੱਛ ਸਕਦੇ ਹੋ, ਮਾਈਕ ਮੈਂ ਤੁਹਾਡੇ ਵੱਲ ਦੇ ਦਿੰਦਾ। ਗੈਵੀ ਵੀਰੇ ਤੁਹਾਨੂੰ ਸਵਾਲ ਹੈ। ਜੀ ਜੀ, ਮੈਂ ਜਦੋਂ ਬੈਠੀ ਜਿਸ ਤਰ੍ਹਾਂ ਜਿਹੜਾ ਸੰਗਰਾਮ ਦਾ ਨਾਮ ਹੈ, ਬੜਾ ਪ੍ਰੋਮਿਨੈਂਟ ਨਾਮ ਹੈ ਨਾ, ਸ਼ਰਧਾ ਦਾ ਨਾਮ, ਫਿਲਮ ਦੇ ਵਿੱਚ ਇਸ ਨਾਮ ਨੂੰ ਪੂਰਾ ਮਤਲਬ ਰੱਖਿਆ ਗਿਆ, ਜਸਟੀਫਾਈ ਕੀਤਾ ਗਿਆ ਸੰਗਰਾਮ? ਬਿਲਕੁਲ ਜੀ, ਬਿਲਕੁਲ। ਥੈਂਕ ਯੂ। ਥੈਂਕ ਯੂ ਜੀ। ਬੜਪਣ ਹੈ ਜੀ ਵੀ ਉਹਨਾਂ ਨੇ ਇੰਨੇ ਰਿਸਪੈਕਟ ਇੰਨਾ ਪਿਆਰ ਦਿੱਤਾ ਜੀ। ਥੈਂਕ ਯੂ ਜੀ ਸਾਰਿਆਂ ਦਾ। ਥੈਂਕ ਯੂ ਅਤੇ ਵਾਹਿਗੁਰੂ ਜੀ ਦਾ ਸ਼ੁਕਰ ਕਰਦਾ ਜੀ ਕਿ ਇੰਨੇ ਜੋਗੇ ਹੋਏ ਵੀ ਜੇ ਇੰਨਾ ਕਮਾਣ ਮਿਲ ਜਾਂਦਾ ਹੈ। ਪਰ ਸਾਰੇ ਬਾ ਕਮਾਲ ਐਕਟਰਸ ਨੇ ਅਤੇ ਐਕਟਰਸ ਦੇ ਨਾਲ ਨਾਲ ਮੈਂ ਹਮੇਸ਼ਾ ਜੀ ਮੈਂ ਰਿਸ਼ਤਿਆਂ ਨੂੰ ਬਹੁਤ ਅਹਿਮੀਅਤ ਦਿੰਦਾ। ਸਾਡੀ ਫਿਲਮ ਵੀ ਰਿਸ਼ਤਿਆਂ ਦੀ ਫਿਲਮ ਹੈਗੀ ਆ। ਜਿਵੇਂ ਵੀ ਪੀ ਭਾਅ ਜੀ ਨੇ ਤਾਂ ਬਹੁਤ ਵਧੀਆ ਇੱਕ ਵੱਡੀ ਗੱਲ ਕਹੀ ਵੀ ਪੂਰੀ ਦੁਨੀਆਂ ਦੇ ਵਿੱਚ ਹੀ ਦੁਸ਼ਮਣੀਆਂ ਹਟ ਜਾਣ। ਸੋ ਜਦੋਂ ਰਿਸ਼ਤੇ ਆਪਣੇ ਵਧੀਆ ਹੋ ਜਾਂਦੇ ਨੇ ਜੀ ਤਾਂ ਸਾਰੀ ਜ਼ਿੰਦਗੀ ਵਧੀਆ ਹੀ ਹੈ ਆਸੇ ਪਾਸੇ।
ਬਸੰਤ ਹੀ ਬਸੰਤ ਹੈ। ਸੋ ਇਹ ਸਾਰੀਆਂ ਚੀਜ਼ਾਂ ਸਾਡੀ ਫਿਲਮ ਸੰਗਰਾਂਦ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਸੋ ਸਾਰੇ ਜਿੰਨੇ ਬਾਖੂਬੀ ਕਲਾਕਾਰ ਨੇ ਓਨੇ ਵਧੀਆ ਇਨਸਾਨ ਨੇ। ਤਾਂ ਹੁਣ ਜਿਵੇਂ ਇਹਨਾਂ ਨੇ ਸਾਰਿਆਂ ਨੇ ਗੱਲਾਂ ਕੀਤੀਆਂ, ਮੈਨੂੰ ਤਹਿ ਦਿਲੋਂ ਜੀ ਮੈਂ ਸਾਰਿਆਂ ਦਾ ਧੰਨਵਾਦ ਹਾਂ ਕਿ ਮੈਨੂੰ ਤੁਹਾਡੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਇੰਨੇ ਬ੍ਰਿਲੀਅੰਟ ਐਕਟਰਸ ਦੇ ਨਾਲ, ਇੰਨੇ ਬ੍ਰਿਲੀਅੰਟ ਹਿਊਮਨ ਬੀਇੰਗਸ ਦੇ ਨਾਲ। ਸੋ ਇਹ ਤੋਂ ਵਧੀਆ ਤਾਂ ਖੁਸ਼ਕਿਸਮਤੀ ਹੋ ਹੀ ਨਹੀਂ ਸਕਦੀ ਜੀ, ਵੀ ਤੁਹਾਨੂੰ ਇੱਕ ਚੰਗਾ ਇਨਸਾਨ ਅਤੇ ਚੰਗਾ ਕਲਾਕਾਰ ਮਿਲ ਜੇ। ਸੋ ਜੀ ਸਾਰਿਆਂ ਤੋਂ ਬਸ ਇਹ ਟੀਮ ਵਰਕ ਹੈ ਜੀ, ਇੱਥੋਂ ਸਾਰੇ ਨਵੇਂ ਰਿਸ਼ਤੇ ਬਣਾ ਕੇ ਨਿਕਲੇ ਜੀ ਅਸੀਂ। ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਸ਼ਰਨ ਨੂੰ ਹੈ। ਸ਼ਰਨ ਮੈਮ, ਤੁਸੀਂ ਕਿਹਾ ਸੀ ਕਿ ਮੈਂ ਨਾ ਮੈਨੀਫੈਸਟ ਕਰਦੀ ਹੁੰਦੀ ਹਾਂ ਚੀਜ਼ਾਂ ਨੂੰ ਅਤੇ ਟਿਕ ਕਰਦੀ ਰਹਿੰਦੀ ਹਾਂ, ਇਹ ਲਿਸਟ ਹੋ ਰਹੀ ਹੈ ਪੂਰੀ? ਕੀ ਟਿਕ ਕਰ ਲਿਆ? ਹਾਂ, ਮੇਰੀ ਸ਼ੁਰੂਆਤ ਮੇਰੇ ਨਵੇਂ ਸਾਲ ਤੋਂ, ਮਤਲਬ ਫਸਟ ਮੰਥ 'ਚ ਮੇਰੀ ਕੰਪਲੀਟ ਹੋਣੀ ਸ਼ੁਰੂ ਹੋ ਗਈ ਹੈ। ਯੈਸ, ਮੈਂ ਮੈਨੀਫੈਸਟ ਕਰਦੀ ਹਾਂ, ਔਰ ਜੋ ਮੈਂ ਨਵੇਂ ਸਾਲ 'ਤੇ ਨਿਊ ਈਅਰ 'ਤੇ ਮੈਨੀਫੈਸਟ ਕੀਤਾ ਸੀ ਉਹਨਾਂ ਵਿਸ਼ਿਜ਼ ਵਿੱਚੋਂ ਮੇਰੀ ਇੱਕ ਪੂਰੀ ਹੋ ਗਈ ਹੈ। ਸੋ ਵਾਹਿਗੁਰੂ ਕਰੇ ਇਸ ਸਾਲ ਜੋ ਵੀ ਮੈਂ ਸੋਚਿਆ ਆਪਣੀ ਪੰਜਾਬੀ ਇੰਡਸਟਰੀ ਨੂੰ ਇੰਟਰਟੇਨਮੈਂਟ ਕਰਨ ਲਈ, ਕੁਛ ਡਿਫਰੈਂਟ ਲੈ ਕੇ ਆਉਣ ਲਈ, ਆਪਣੀ ਅਤੇ ਹੋਰ ਮਿਹਨਤ ਕਰਨ ਲਈ, ਆਪਣੇ ਜਿੰਨੇ ਵਧੀਆ ਮੈਸੇਜ ਦੇ ਸਕੀ ਆਪਣੀ ਪੰਜਾਬੀ ਆਡੀਅੰਸ ਨੂੰ, ਮੈਂ ਕੋਸ਼ਿਸ਼ ਕਰਾਂਗੀ ਕਿ ਵਧੀਆ ਤੋਂ ਵਧੀਆ ਕੰਟੈਂਟ ਲੈ ਕੇ ਆਵਾਂ ਇਸ ਸਾਲ। ਥੈਂਕ ਯੂ। ਬਸ ਕੋਈ ਸਵਾਲ ਨਹੀਂ ਹੈਗਾ। ਅਮਨ, ਅਮਨ ਸਰ, ਤੁਸੀਂ ਹਮੇਸ਼ਾ ਹੀ ਅਸੀਂ ਤੁਹਾਨੂੰ ਗੀਤਾਂ ਦੇ ਵਿੱਚ ਵੀ ਦੇਖਦੇ ਆਏ ਹਾਂ, ਅਤੇ ਜਦੋਂ ਤੁਸੀਂ ਸਕਰੀਨ 'ਤੇ ਆਉਂਦੇ ਹੋ ਨਾ, ਸਾਨੂੰ ਉਮੀਦ ਹੁੰਦੀ ਹੈ ਕਿ ਸ਼ਾਇਦ ਕੋਈ ਇਨੋਸੈਂਟ ਜਿਹਾ ਕਰੈਕਟਰ ਮਿਲ ਜੂਗਾ ਇਸ ਮੁੰਡੇ ਨੂੰ, ਬਟ ਜਿਹੜਾ ਡਾਇਲੋਗ, ਇੱਕੋ ਹੀ ਡਾਇਲੋਗ ਤੋਂ ਪਤਾ ਲੱਗ ਗਿਆ ਕਿ ਇਹ ਕਰੈਕਟਰ ਬਹੁਤ ਜ਼ਿਆਦਾ ਕਨਿੰਗ ਹੈ, ਅਤੇ ਪਤਾ ਨਹੀਂ ਇਹਨੇ ਕੀ ਕੌਨਫਲਿਕਟ ਖੜ੍ਹੇ ਕਰਨੇ ਨੇ। ਸੋ ਇਹ ਕਰੈਕਟਰ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ? ਇਹ ਵੈਸੇ ਮੇਰੇ ਲਈ ਪਲੱਸ ਪੁਆਇੰਟ ਆ, ਕਿਉਂਕਿ ਜੋ ਮੈਂ ਦੇਖਦਾ ਉਹ ਸਕਰੀਨ ਤੋਂ ਓਪੋਜ਼ਿਟ ਹੁੰਦਾ, ਉਹ ਮੇਰੇ ਲਈ ਫਾਇਦਾ ਦੇ ਜਾਂਦਾ। ਅਤੇ ਇਹ ਅਲੱਗ ਡਿਫਰੈਂਟ ਕਰੈਕਟਰ ਪਲੇ ਕੀਤਾ, ਅਤੇ ਪਹਿਲਾਂ ਤਾਂ ਆਈ ਥਿੰਕ ਮੈਂ ਇੱਦਾਂ ਦਾ ਕੁਛ ਪਲੇ ਹੋਇਆ ਨਹੀਂ ਮੇਰੇ ਤੋਂ, ਕਿਉਂਕਿ ਮੈਨੂੰ ਇੱਦਾਂ ਮੌਕਾ ਨਹੀਂ ਮਿਲਿਆ। ਅਤੇ ਇੰਟਰਸਟਿੰਗ ਕਰੈਕਟਰ ਹੈ, ਅਤੇ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਜੱਜ ਕਰੋਗੇ ਕੀ ਹੋਊਗਾ, ਕੀ ਹੋਊਗਾ ਇਸ ਕਰੈਕਟਰ ਨੂੰ। ਅਤੇ ਮੈਂ ਇੱਕ ਗੱਲ ਕਰਨਾ ਚਾਹੁੰਦਾ, ਰਾਜ ਜੀ ਦੇ ਮੇਰਾ ਜੋ ਸਰ ਕਹਿ ਰਹੇ ਸੀਗੇ, ਸੀਨ ਕਹਿ ਰਹੇ ਸੀਗੇ ਇਮੋਸ਼ਨਲ ਨਾਲ, ਅਤੇ ਉਹ ਸੀਨ ਚੱਲ ਰਿਹਾ ਸੀਗਾ, ਪੂਰੇ ਫੀਲ 'ਚ ਇਮੋਸ਼ਨ ਸੀ, ਪਤਾ ਨਹੀਂ ਲੱਗਿਆ ਕੁਛ, ਅਤੇ ਮੈਂ ਆਪਣਾ ਡਾਇਲੋਗ ਬੋਲ ਕੇ ਮੂਵ ਕਰ ਗਿਆ, ਕਹਿੰਦੇ ਖੜ ਜਿਹਾ ਪਿਆ ਇਹ ਡਾਇਲੋਗ ਪਿਆ, ਕਹਿੰਦੇ ਇੱਕਦਮ ਸਡਨ ਕਿ ਮੈਂ ਟਰਨ ਲਿੱਤਾ, ਮੈਨੂੰ ਸੀਗਾ ਕੋਈ ਲਾਈਨ ਹੋਊ, ਕਹਿੰਦੇ ਅਮਨ ਮੇਰਾ ਡਾਇਲੋਗ ਪਿਆ। ਜਦ ਐਕਚੁਲੀ ਕਾਊਂਟਰ ਦੀ ਗੱਲ ਹੁੰਦੀ ਆ, ਆਰਟਿਸਟ ਅੱਗੇ ਵੀ ਵਧੀਆ ਨਾ, ਤਾਂ ਤੁਹਾਨੂੰ ਇੱਕ ਸੀਨ ਆਟੋਮੈਟਿਕਲੀ ਹਾਈਪ 'ਤੇ ਲੈ ਜਾਂਦਾ। ਸੋ ਇੱਦਾਂ ਹੀ ਆ, ਵਧੀਆ ਲੱਗੂ ਸਭ ਜੀ। ਇੰਦਰ ਜੀ, ਤੁਹਾਨੂੰ ਸਵਾਲ। ਇੰਦਰ ਜੀ ਜੋ ਮੈਂ, ਗੈਬੀ ਨੇ ਡਿਫਰੈਂਟ ਡਿਫਰੈਂਟ ਸ਼ੇਡਸ 'ਚ ਕੰਮ ਕੀਤਾ, ਕਦੇ ਇੱਦਾਂ ਵੀ ਹੋਇਆ ਵੀ ਤੁਸੀਂ ਤੋਂ ਡਾਇਰੈਕਟ ਕਰ ਰਹੇ ਹੋ ਵੀ ਨਹੀਂ ਯਾਰ ਗੈਬੀ ਪਿਛਲੀ ਸ਼ੇਡ ਨਾਲ ਤੁਹਾਡਾ ਜਿਹੜਾ ਡਾਇਲੋਗ ਹੈ ਜਾਂ ਸੀਨ ਆ ਉਹ ਕੋਰੀਏਟ ਕਰ ਰਹੇ, ਮਿਲਦੇ ਵੀ ਇਹਨੂੰ ਆਪਾਂ ਡਿਫਰੈਂਟ ਤਰੀਕੇ ਨਾਲ ਬੋਲਣਾ, ਇੱਦਾਂ ਦੀ ਮਿਸਟੇਕਸ ਵੀ ਹੋਈਆਂ? ਨਹੀਂ, ਐਕਚੁਲੀ ਸਭ ਤੋਂ ਵਧੀਆ ਗੱਲ ਪਤਾ ਕੀ ਰਹੀ, ਸਭ ਤੋਂ ਪਹਿਲਾਂ ਸਾਡਾ ਨਾ ਇੱਕ ਅਲੱਗ ਤਰ੍ਹਾਂ ਦੀ ਬਾਉਂਡਿੰਗ ਹੈ, ਅਤੇ ਬਚਪਨ ਦੇ ਵਿੱਚ ਮਤਲਬ ਕਿ ਸਾਡੇ ਘਰ ਬਹੁਤ ਨੇੜੇ ਨੇੜੇ ਸੀ, ਪਰ ਉਹਨਾਂ ਟਾਈਮਾਂ ਸਾਡਾ ਆਪਸ 'ਚ ਕਦੀ ਗੱਲਬਾਤ ਨਹੀਂ ਹੋਈ, ਕੋਈ ਕਨੈਕਸ਼ਨ ਨਹੀਂ ਸੀਗਾ ਮਿਲਦੇ ਨਹੀਂ ਸੀ ਕਦੀ ਇੱਕ ਦੂਜੇ ਨੂੰ। ਬਟ ਉਸ ਤੋਂ ਬਾਅਦ ਜਦੋਂ ਇੰਡਸਟਰੀ 'ਚ ਆਇਆ ਮੈਂ, ਭਾਅ ਜੀ ਨਾਲ ਮੇਰੀ ਪਹਿਲੀ ਵਾਰ ਮੁਲਾਕਾਤ ਉਦੋਂ ਹੀ ਹੋਈ ਸੀ, ਅਤੇ ਸਾਡੇ 'ਚ ਹਮੇਸ਼ਾ ਤੋਂ ਇੱਕ ਅੰਡਰਸਟੈਂਡਿੰਗ ਰਹੀ ਹੈ। ਜਦੋਂ ਵੀ ਸਕ੍ਰਿਪਟ ਲੈਵਲ 'ਤੇ ਕੰਮ ਚੱਲ ਰਿਹਾ ਸੀ, ਸਾਡੀ ਰੈਗੂਲਰ ਇੱਕ ਦੂਜੇ ਨਾਲ ਡਿਸਕਸ਼ਨ ਹੁੰਦੀਆਂ ਸੀ, ਈਵਨ ਮਾਈਨਿਊਟ ਲੈਵਲ ਦੇ ਉੱਤੇ ਵੀ ਕੀ ਹੋਰ ਵਧੀਆ ਕਰ ਸਕਦੇ ਹਾਂ, ਭਾਅ ਜੀ ਵੱਲੋਂ ਸੁਜੈਸ਼ਨ ਆਉਣਾ, ਮੈਨੂੰ ਲੱਗਣਾ ਮੈਂ ਰਾਤ ਨੂੰ ਕਈ ਵਾਰ ਫੋਨ ਕਰ ਲੈਣਾ ਭਾਅ ਜੀ ਨੂੰ, ਅਤੇ ਵੀ ਭਾਅ ਜੀ ਮੈਨੂੰ ਐਂ ਲੱਗ ਰਿਹਾ ਉਸ ਥਾਂ 'ਤੇ ਆਪਾਂ ਐਵੇਂ ਕਰ ਸਕਦੇ ਹਾਂ। ਸੋ ਬਹੁਤ ਵਧੀਆ ਅੰਡਰਸਟੈਂਡਿੰਗ ਰਹੀ ਹੈ ਸਾਡੀ, ਅਤੇ ਮੈਨੂੰ ਲੱਗਦਾ ਸੈੱਟ ਦੇ ਉੱਤੇ ਸਾਰਿਆਂ ਨੇ ਦੇਖਿਆ ਹੀ ਹੈ, ਕਦੀ ਸਾਨੂੰ ਜ਼ਰੂਰਤ ਨਹੀਂ ਪਈ ਜਾ ਕੇ ਵੀ ਕੋਈ ਹੋਰ ਚੀਜ਼ ਡਿਸਕਸ ਕਰਨ ਦੀ, ਕਿਉਂਕਿ ਆਲਰੇਡੀ ਅਸੀਂ ਵੈਲ ਪ੍ਰਪੇਅਰਡ ਹੁੰਦੇ ਸੀਗੇ ਸੀਨ ਕਰਨ ਲਈ ਜੀ। ਥੈਂਕ ਯੂ।
ਜੀ ਗੈਵੀ ਤੁਹਾਡੇ ਕੋਲ ਜਾਂਦਾ ਕੈਮਰਾ ਜੀ ਜਿਸ ਤਰ੍ਹਾਂ ਬੰਬੇ ਕੁਲਵੰਤ ਬੰਬੇ ਦੀ ਨੋ ਡਾਊਟ ਹੁਣ ਪੰਜਾਬੀ ਕੈਨਵਸ ਬਹੁਤ ਵੱਡਾ ਕੈਨਵਸ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਕਿ ਬੰਬੇ ਦਾ ਬਹੁਤ ਵੱਡਾ ਅਤੇ ਪੰਜਾਬ ਦਾ ਬਹੁਤ ਛੋਟਾ ਜੀ ਐਕਸ਼ਨ ਇਹਦੇ ਵਿੱਚ ਵੀ ਬਹੁਤ ਦੇਖਣ ਨੂੰ ਮਿਲ ਰਿਹਾ ਡਿਫਰੈਂਟ ਤਰੀਕੇ ਦਾ ਇਹਦੇ ਲਈ ਫਿਰ ਪੰਜਾਬ ਦੇ ਬੰਦੇ ਹਾਇਰ ਕੀਤੇ ਗਏ ਜਾਂ ਫਿਰ ਇਹਦੇ ਵਾਸਤੇ ਬੰਬੇ ਦੇ ਬੰਦੇ ਜਾਂ ਜਿਹੜੇ ਸਾਊਥ ਤੋਂ ਜੀ ਜਿਹੜੇ ਐਕਸ਼ਨ ਡਾਇਰੈਕਟਰ ਨੇ ਟੈਕਨੀਕਲੀ ਬਹੁਤ ਜ਼ਿਆਦਾ ਡਿਟੇਲਿੰਗ ਦੇ ਵਿੱਚ ਸਾਡੀ ਫਿਲਮ ਦੇ ਉੱਤੇ ਕੰਮ ਹੋਇਆ ਈਵਨ ਮੌਸਮਾਂ ਦੇ ਹਿਸਾਬ ਨਾਲ ਕੈਮਰਾਜ਼ ਯੂਜ਼ ਕੀਤੇ ਗਏ ਨੇ ਅਸੀਂ ਚਾਰ ਚਾਰ ਕੈਮਰਾਜ਼ ਯੂਜ਼ ਕੀਤੇ ਹੈ ਜੀ ਸੋ ਉਹ ਬਹੁਤ ਬਾਰੀਕੀ ਦੀ ਗੱਲ ਹੈ ਉਹ ਸ਼ਾਇਦ ਲੋਕ ਸਮਝਣਗੇ ਜਾਂ ਨਹੀਂ ਵੀ ਡੋਂਟ ਨੋ ਪਰ ਇੰਦਰ ਜਿਹੜਾ ਉਹਨਾਂ ਦਾ ਵਿਜ਼ਨ ਸੀਗਾ ਵੀ ਜਿਵੇਂ ਹੁਣ ਬਰਸਾਤ ਦਾ ਅਸੀਂ ਸੀਨ ਲੈਣਾ ਹੈ ਜਾਂ ਹੁਣ ਰੋਮੈਂਟਿਕ ਸੀਨ ਹੈ ਉਹ ਸੋਫਟਨੈਸ ਕਿਹੜੇ ਲੈਂਸ ਦੇ ਉੱਤੋਂ ਮਿਲਦੀ ਹੈ ਜਿਵੇਂ ਐਰੀ ਹੁੰਦਾ ਇੱਕ ਜਿਵੇਂ ਫੋਰ ਐਗਜ਼ਾਮਪਲ ਤਾਂ ਅਸੀਂ ਉਹ ਵਾਲਾ ਸੀਨ ਪਰਟੀਕੁਲਰ ਉਸ ਕੈਮਰੇ ਨਾਲ ਫਿਲਮਾਇਆ ਸੋ ਪ੍ਰੋਡਿਊਸਰਸ ਦਾ ਵੀ ਤਾਂ ਅਸੀਂ ਧੰਨਵਾਦ ਕਰਦੇ ਸੀ ਕਿ ਚਾਰ ਚਾਰ ਕੈਮਰੇ ਜੀ ਇੱਕ ਫਿਲਮ ਦੇ ਉੱਤੇ ਆਉਣੇ ਸੋ ਉਹਨਾਂ ਨੇ ਪਰ ਕਿਹਾ ਵੀ ਜੇ ਫਿਲਮ ਦੀ ਬਿਹਤਰੀ ਲਈ ਜਿਹੜੀ ਚੀਜ਼ ਹੋ ਰਹੀ ਹੈ ਤੁਸੀਂ ਕਰੋ ਸੋ ਟੈਕਨੀਕਲੀ ਅਸੀਂ ਬਹੁਤ ਸਟਰੋਂਗ ਫਿਲਮ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਬਣੀ ਵੀ ਹੈਗੀ ਹੈ ਜੀ ਸ਼ਰਨ ਜਿਸ ਤਰ੍ਹਾਂ ਇੱਦਾਂ ਨੇ ਕਿਹਾ ਕਿ 40 ਡਿਗਰੀ ਟੈਂਪਰੇਚਰ ਸੀ ਹੈ ਨਾ ਰੱਬ ਨੇ ਸਾਨੂੰ ਇਹ ਮੌਕਾ ਦਿੱਤਾ ਆਪਣੀ ਪੰਜਾਬੀ ਇੰਡਸਟਰੀ ਨੂੰ ਐਂਟਰਟੇਨ ਕਰਨ ਦਾ ਸੋ ਇਹ ਛੋਟੀਆਂ ਮੋਟੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਗਰਲਸ ਬਹੁਤ ਜ਼ਿਆਦਾ ਸਾਰਿਆਂ ਨੂੰ ਪਤਾ ਹੈ ਜੀ ਕਿੰਨਾ ਧਿਆਨ ਰੱਖ ਰਹੀਆਂ ਨੇ ਹਨ ਅਤੇ ਮੁੰਡੇ ਤਾਂ ਆਪਾਂ ਚਲੋ ਹੁਣੇ ਸੋਹਣੇ ਸੋ ਪਰ ਸ਼ਰਨ ਜ਼ਰੂਰ ਚਲੋ ਸਕਿੱਲ ਇੱਕ ਐਕਟਰ ਦੇ ਲਈ ਬਹੁਤ ਹੁੰਦੀ ਹੈਗੀ ਹੈ ਜੀ ਕਿਉਂਕਿ ਉਹਨੇ ਹੋਰ ਵੀ ਪ੍ਰੋਜੈਕਟ ਕਰਨੇ ਹੁੰਦੇ ਨੇ ਪਰ ਇਹਨਾਂ ਨੇ ਕਦੇ ਸ਼ਿਕਨ ਨਹੀਂ ਪਾਈ ਹੈਗੀ ਅਸੀਂ ਮਤਲਬ ਮੈਨੂੰ ਯਾਦ ਹੈ ਜਦੋਂ ਲੋਹੜੀ ਵਾਲਾ ਸੀਨ ਸੀਗਾ ਉੱਥੋਂ ਸ਼ੋਲ ਦੀ ਬੁੱਕਣ ਲੈਣੀ ਸੀਗੀ ਸੋ ਕਦੇ ਵੀ ਤੁਹਾਨੂੰ ਉੱਥੇ ਵੀ ਸ਼ਾਇਦ ਨਾ ਦਿਖਿਆ ਹੋਵੇ ਟ੍ਰੇਲਰ ਦੇ ਵਿੱਚ ਇੱਕ ਸ਼ੋਟ ਸੀਗਾ ਸੋ ਮੈਂ ਰੀਲੀ ਐਪਰੀਸ਼ੀਏਟ ਕਰੂੰਗਾ ਜੀ ਇਹੀ ਇੱਕ ਚੰਗੇ ਕਲਾਕਾਰ ਦੀ ਪਹਿਚਾਣ ਹੁੰਦੀ ਹੈਗੀ ਆ ਸੋ ਕਦੇ ਵੀ ਉਹਨਾਂ ਨੇ ਉਹ ਚੀਜ਼ ਮਹਿਸੂਸ ਨਹੀਂ ਕੀਤੀ ਵੀ ਗਰਮੀ ਲੱਗ ਰਹੀ ਜਿਵੇਂ ਮੇਕਅਪ ਦੀ ਗੱਲ ਕੀਤੀ ਹੈ ਨਾ ਇਹ ਮੇਕਅਪ ਤਾਂ ਨਹੀਂ ਉਤਰ ਗਿਆ ਸੋ ਜਦੋਂ ਕਿਰਦਾਰ ਦੇ ਵਿੱਚ ਹੁੰਦੀਆਂ ਇਹ ਚੀਜ਼ਾਂ ਨਹੀਂ ਧਿਆਨ 'ਚ ਜਾਂਦੀਆਂ ਸੋ ਵਧੀਆ ਗੱਲ ਮੈਡਲ ਤੋਂ ਬਾਅਦ ਇੱਕ ਟਰਨਿੰਗ ਪੁਆਇੰਟ ਆਇਆ ਕਰੀਅਰ 'ਚ ਸੰਗਰਾਂਦ ਤੋਂ ਕੀ ਉਮੀਦਾਂ ਨੇ ਔਰ ਐਜ਼ ਐਨ ਆਰਟਿਸਟ ਕੀ ਐਡ ਆਨ ਮੰਨਦੇ ਹੋ ਇਸ ਫਿਲਮ ਨੂੰ ਕਰਨ ਤੋਂ ਬਾਅਦ ਦੇਖੋ ਜੀ ਹਰ ਇੱਕ ਫਿਲਮ ਤੁਹਾਡੇ ਕੈਰੀਅਰ 'ਚ ਇੱਕ ਮੈਂ ਤਾਂ ਇਹ ਸੋਚਦਾ ਕਿ ਮੀਲ ਪੱਥਰੇ ਹੁੰਦਾ ਹਰ ਇੱਕ ਆਪਣੇ ਵੱਲੋਂ ਬੈਸਟ ਉਹਦੇ 'ਚ ਤੁਸੀਂ ਪਰਫੋਰਮ ਕਰਨਾ ਹੁੰਦਾ ਮੈਨੂੰ ਸੰਗਰਾਂਦ ਤੋਂ ਵੀ ਬਹੁਤ ਉਮੀਦ ਹੈਗੀ ਹੈ ਕਿਉਂਕਿ ਬੇਸ਼ੱਕ ਬਹੁਤ ਛੋਟਾ ਜਿਹਾ ਕਰੈਕਟਰ ਹੈ ਬਟ ਸੋਹੀ ਸਾਹਿਬ ਪੰਕੂ ਮੈਮ ਅਤੇ ਮੈਂ ਅਸੀਂ ਉਹ ਮੇਰੇ ਪੇਰੈਂਟਸ ਬਣੇ ਨੇ ਸਾਡੀ ਬੜੀ ਸ਼ਰੀਫ ਜਿਹੀ ਫੈਮਿਲੀ ਫਿਲਮ 'ਚ ਸੋ ਉਮੀਦ ਹੈ ਕਿ ਵਧੀਆ ਬਾਕੀ ਸ਼ਰਾਫਤ ਸੋ ਇੰਦਰ ਉਹਨਾਂ ਨੇ ਬਹੁਤ ਸੋਹਣਾ ਕੰਮ ਕਰਵਾਇਆ ਜੀ ਪਹਿਲਾਂ ਤਾਂ ਉਹਨਾਂ ਦੀ ਥੈਂਕਸ ਹੈ ਥੈਂਕ ਯੂ ਸੋ ਮਚ
ਸੋ ਥੈਂਕ ਯੂ ਸੋ ਮਚ ਸਾਰਿਆਂ ਦਾ। 22 ਮਾਰਚ ਨੂੰ ਫਿਲਮ ਆ ਰਹੀ ਹੈ, ਜ਼ਰੂਰ ਸਿਨੇਮਾ 'ਚ ਜਾਇਓ ਅਤੇ ਆਪਾਂ ਵੀ ਚੰਗੀਆਂ ਖਬਰਾਂ ਲਾਵਾਂਗੇ, ਕਿਉਂਕਿ ਵੈਸੇ ਵੀ ਆਪਾਂ ਲਾਉਂਦੇ ਤਾਂ ਚੰਗੀਆਂ ਹੀ ਆ ਸਾਰਿਆਂ ਲਈ। ਇੱਕ ਗੱਲ ਕਹਿਣੀ ਚਾਹੂੰਗਾ, ਕਿਉਂਕਿ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈਗੀ ਆ। ਆਪਾਂ ਹੋਰ ਨਹੀਂ ਤਾਂ ਇੱਕ ਪੰਜਾਬੀ ਇੰਡਸਟਰੀ ਜਦੋਂ ਵਧੂਗੀ ਨਾ, ਜੇ ਆਪਾਂ ਬਹੁਤ ਬਰੀਕੀ ਨਾਲ ਦੇਖੀਏ, ਬਿਜ਼ਨਸ ਬਹੁਤ ਵੱਧ ਹੈ। ਇਹਦੇ ਨਾਲ ਸਿਰਫ ਐਕਟਰਸ ਜਾਂ ਪ੍ਰੋਡਿਊਸਰਸ ਹੀ ਨਹੀਂ, ਇੱਕ ਵੈਂਡਰ, ਇੱਕ ਟੈਕਸੀ ਵਾਲਾ ਵੀ ਜਿਹੜੇ ਵਿਹਲੇ ਬੈਠੇ ਹੁੰਦੇ ਨੇ ਉਹ ਵੀ ਬਹੁਤ ਖੁਸ਼ ਹੁੰਦੇ ਨੇ। ਹੋਟਲ ਬਿਜ਼ਨਸ ਸਰ ਟੋਟੈਲਿਟੀ ਦੇ ਵਿੱਚ ਸਾਡਾ ਪੰਜਾਬ ਰਾਈਜ਼ ਕਰਦਾ ਹੈ। ਸੋ ਆਪਾਂ ਇੱਕ ਪਰਿਵਾਰ ਹਾਂ ਜੀ, ਅਤੇ ਕਈ ਵਾਰੀ ਚਲੋ ਹਰ ਕੋਈ ਸ਼ਿੱਦਤ ਦੇ ਨਾਲ ਫਿਲਮ ਬਣਾਉਂਦਾ, ਕੋਈ ਐਕਟਰ ਮਾੜਾ ਕੰਮ ਨਹੀਂ ਕਰਨਾ ਚਾਹੁੰਦਾ, ਕੋਈ ਡਾਇਰੈਕਟਰ ਮਾੜੀ ਡਾਇਰੈਕਸ਼ਨ ਨਹੀਂ ਦੇਣਾ ਚਾਹੁੰਦਾ, ਕੋਈ ਮਾੜੀ ਫਿਲਮ ਨਹੀਂ ਬਣਾਉਣਾ ਚਾਹੁੰਦਾ, ਹੈ ਨਾ। ਸੋ ਆਪਾਂ ਨੈਗੇਟਿਵਿਟੀ ਬਹੁਤ ਈਜ਼ੀ ਹੈ, ਮਾੜੀਆਂ ਗੱਲਾਂ ਨੈਗੇਟਿਵ ਗੱਲਾਂ ਲਿਖਣੀਆਂ ਬਹੁਤ ਸੌਖੀਆਂ ਨੇ। ਜੇ ਕੋਈ ਆਪਣੀ ਉਸ ਕੋਸ਼ਿਸ਼ ਦੇ ਵਿੱਚ ਕਾਮਯਾਬ ਵੀ ਨਹੀਂ ਹੋ ਸਕਿਆ ਤਾਂ ਸਾਡਾ ਮੈਨੂੰ ਲੱਗਦਾ ਫਰਜ਼ ਬਣਦਾ ਜੀ ਆਪਾਂ ਹੌਸਲਾ ਦੇਈਏ। ਸੋ ਉਹ ਹੌਸਲਾ ਅਸੀਂ ਤੁਹਾਡੇ ਜ਼ਰੀਏ ਲੈ ਸਕਦੇ ਹਾਂ, ਲੋਕਾਂ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ, ਕਿਉਂਕਿ ਸਭ ਤੋਂ ਵੱਡੀ ਅੱਜ ਕੱਲ੍ਹ ਪਾਵਰ ਮੀਡੀਆ ਜੀ। ਸੋ ਆਪਣੇ ਪੰਜਾਬ ਦੇ ਲਈ, ਆਪਣੀ ਪੰਜਾਬੀ ਇੰਡਸਟਰੀ ਦੇ ਲਈ ਪਲੀਜ਼, ਜੇ ਕਿਤੇ ਕੋਈ ਕਮੀ ਪੇਸ਼ੀ ਰਹਿ ਗਈ ਤਾਂ ਜੀ ਮਾਫ਼ ਕਰਿਓ ਅਤੇ ਚੰਗਾ ਹੀ ਲਿਖਿਓ, ਅਤੇ ਬਾਕੀ ਮੈਨੂੰ ਉਮੀਦ ਹੈ ਜੀ ਤੁਸੀਂ ਚੰਗੇ ਹੀ ਲਿਖੋਗੇ। ਇਹ ਤਾਂ ਮੈਂ ਇੱਕ ਵੈਸੇ ਗੱਲ ਕਰਤੀ ਪੂਰੀ ਪੰਜਾਬੀਅਤ ਦੇ ਲਈ, ਬਟ ਤੁਹਾਨੂੰ ਮੈਨੂੰ ਨਹੀਂ ਲੱਗਦਾ ਕਿ ਇੱਦਾਂ ਦਾ ਮੌਕਾ ਮਿਲੂਗਾ ਕਿ ਤੁਸੀਂ ਕੋਈ ਗਲਤ ਚੀਜ਼ ਲਿਖੋਗੇ। ਜੇ ਹੋਇਆ ਤੁਸੀਂ ਫੋਨ ਕਰਕੇ ਦੱਸ ਦਿਓ। ਬਿਲਕੁਲ, ਮੈਂ ਕਹਿੰਦਾ ਜਿਹੜਾ ਮੀਡੀਆ ਨਾ ਉਹ ਲਾਸਟ ਐਡਿਟ ਹੈ, ਇਹੀ ਰਿਸ਼ਤੇ ਨੇ ਜੀ, ਇਹੀ ਰਿਸ਼ਤਿਆਂ ਦੀ ਕਹਾਣੀ ਹੈ। ਜੇ ਅੱਜ ਇੱਥੋਂ ਆਪਾਂ ਇੱਕ ਨਵੀਂ ਸ਼ੁਰੂਆਤ ਕਰ ਲਈਏ ਤਾਂ ਜ਼ਿੰਦਗੀ ਦੀ ਨਵੀਂ ਸ਼ੁਰੂਆਤ, ਸਟੈਪ ਬਾਏ ਸਟੈਪ ਜੇ ਆਪਾਂ ਇੱਦਾਂ, ਮੈਂ ਜਿਵੇਂ ਪਹਿਲਾਂ ਕਿਹਾ ਸੀ ਰਿਸ਼ਤਿਆਂ ਨੂੰ ਮੈਂ ਬਹੁਤ ਅਹਿਮੀਅਤ ਦਿੰਦਾ, ਉਹ ਨਿੱਘੇ ਜਿਹੜਾ ਹੈਗਾ ਰਿਸ਼ਤਿਆਂ ਦਾ ਜੀ, ਸਾਰੇ ਪਾਸੇ ਦੇਖੋ ਖੁਸ਼ੀਆਂ ਬਾਹਰ ਆ, ਅਤੇ ਵਾਹਿਗੁਰੂ ਕਰੇ ਜੀ ਵੀ ਸਾਰਿਆਂ ਦੇ ਵਿੱਚ ਪਿਆਰ ਬਣਿਆ, ਹੱਸਦੇ ਖੇਡਦੇ ਰਹੇ। ਸੋ ਥੈਂਕ ਯੂ ਸੋ ਮਚ। 22 ਮਾਰਚ ਨੂੰ ਫਿਲਮ ਆ ਰਹੀ ਆ, ਸਾਰੇ ਆਪਾਂ ਸਪੋਰਟ ਕਰਾਂਗੇ, ਅਤੇ ਆਪਾਂ ਫਿਲਮਾਂ ਨੂੰ ਸਪੋਰਟ ਕਰਾਂਗੇ ਤਾਂ ਹੀ ਆਪਣਾ ਸਿਨੇਮਾ ਹੋਰ ਵੱਡਾ ਹੋਊਗਾ। ਜੋ ਆਪਾਂ ਕਹਿੰਦੇ ਹਾਂ ਵੀ ਹੋਰ ਵੱਡੀਆਂ ਫਿਲਮਾਂ ਬਣਨੀਆਂ ਚਾਹੀਦੀਆਂ, ਉਹ ਸ਼ੁਰੂਆਤ ਹੋ ਗਈ ਹੈ।